ਡਾਕਟਰ ਦਲੀਪ ਕੌਰ ਟਿਵਾਣਾ ਦਾ ਨੋਵਲ ਹੈ ਪਰ ਸਰਵਰ ਤੀਸਰਾ ਅੰਕ। ਇਹਨਾਂ ਹੀ ਦਿਨਾਂ 'ਚ ਇਟਲੀ ਵਿੱਚ ਇੰਦਰਾ ਦੇ ਦੂਰੋਂ ਬਾਹਰੋਂ ਰਿਸ਼ਤੇਦਾਰ ਦਾ ਜਸਜੀਤ ਲਈ ਰਿਸ਼ਤਾ ਆਇਆ। ਇੱਧਰ ਉਹਨਾਂ ਦੀ ਫੈਮਿਲੀ ਠੀਕ ਠਾਕ ਸੀ। ਲੜਕੇ ਦਾ ਇੱਕ ਭਰਾ ਕੈਨੇਡਾ ਗਿਆ ਹੋਇਆ ਸੀ। ਇਹ ਲੜਕਾ ਵੀ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਕੈਨੇਡਾ ਨਾ ਜਾ ਸਕਿਆ, ਕਿਸੇ ਤਰ੍ਹਾਂ ਇਟਲੀ ਪਹੁੰਚ ਗਿਆ। ਹੁਣ ਉਹ ਵਿਆਹ ਕਰਾਉਣ ਦੀ ਮਨਸ਼ਾ ਨਾਲ 3 ਮਹੀਨੇ ਲਈ ਇੱਥੇ ਆਇਆ ਸੀ। ਇੰਦਰਾ ਨੇ ਉਹਨਾਂ ਦੇ ਪਰਿਵਾਰ ਨੂੰ ਲੜਕੇ ਸਮੇਤ ਚੰਡੀਗੜ੍ਹ ਸੱਦ ਲਿਆ, ਜਸਜੀਤ ਅਤੇ ਬੇਜੀ ਨੂੰ ਬੁਲਾ ਲਿਆ ਸੀ। ਲੜਕਾ ਦੇਖਣ ਨੂੰ ਠੀਕ ਠਾਕ ਸੀ, ਜਸਜੀਤ ਨੂੰ ਵੀ ਠੀਕ ਲੱਗਿਆ ਕਿਉਂਕਿ ਉਹ ਬਾਹਰੋਂ ਆਏ ਲੋਕਾਂ ਵਾਂਗ ਸ਼ੇਖੀਆਂ ਨਹੀਂ ਸੀ ਮਾਰ ਰਿਹਾ। ਉਹਨੇ ਦੱਸਿਆ ਕਿ ਉੱਥੇ ਉਹ ਇੱਕ ਕੰਪਨੀ 'ਚ ਮੈਨੇਜਰ ਦੀ ਜੌਬ ਕਰਦਾ। ਪਹਿਲਾਂ ਤਾਂ ਕੁਝ ਘੱਟ ਪੈਸੇ ਮਿਲਦੇ ਸੀ ਪਰ ਹੁਣ 13 ਲੱਖ ਸਾਲ ਦਾ ਪੈਕੇਜ ਮਿਲ ਰਿਹਾ। ਇੰਦਰਾ ਉਸ ਪਰਿਵਾਰ ਦੀ ਬੜੀ ਤਾਰੀਫ ਕਰ ਰਹੀ ਸੀ। ਹਰਜੀਤ ਨੇ ਆਪਣੇ ਵੱਲੋਂ ਕੁਝ ਨਾ ਕਿਹਾ, ਉਹਨੇ ਸਾਰੀ ਗੱਲ ਬੇਜੀ ਅਤੇ ਜਸਜੀਤ ਉੱਤੇ ਛੱਡ ਦਿੱਤੀ। ਦੋਨੋਂ ਪਾਸਿਆਂ ਤੋਂ ਗੱਲ ਠੀਕ ਲੱਗਣ 'ਤੇ ਅਗਲੇ ਮਹੀਨੇ ਦੀ 15 ਤਾਰੀਖ ਨੂੰ ਜਸਜੀਤ ਦਾ ਜਿਸ ਲੜਕੇ ਬਲਜਿੰਦਰ ਨਾਲ ਵਿਆਹ ਹੋ ਗਿਆ ਉਹਦੇ ਵਾਪਸ ਜਾਣ 'ਚ 40 ਦਿਨ ਬਚੇ ਹੋਏ ਸਨ। ਇਹ 40 ਦਿਨ ਉਹਨਾਂ ਨੇ ਗੋਆ, ਕਸ਼ਮੀਰ, ਜੈਪੁਰ ਅਤੇ ਦਿੱਲੀ ਘੁੰਮਿਆ। ਜਸਜੀਤ ਨੂੰ ਬਲਜਿੰਦਰ ਨੇ ਮਹਿੰਗੇ ਤੋਹਫੇ ਦਿੱਤੇ। 40 ਦਿਨ ਮਗਰੋਂ ਵਿਆਹ ਦਾ ਸਰਟੀਫਿਕੇਟ, ਤਸਵੀਰਾਂ ਲੈ ਕੇ ਇਹ ਆਖ ਕੇ ਵਾਪਸ ਚਲਾ ਗਿਆ ਕਿ ਕਾਗਜ਼ ਛੇਤੀ ਬਣਾ ਕੇ ਜਲਦੀ ਬੁਲਾਵਾਂਗਾ। ਜਸਜੀਤ ਉਸੇ ਤਰ੍ਹਾਂ ਸਕੂਲ ਪੜ੍ਹਾਉਂਦੀ ਰਹੀ। ਦੂਜੇ ਚੌਥੇ ਦਿਨ ਬਲਜਿੰਦਰ ਦਾ ਫੋਨ ਆ ਜਾਂਦਾ। ਉਹ ਆਖਦਾ ਕਿ ਮੈਂ ਤੁਹਾਨੂੰ ਬੜੀ ਬੇਸਬਰੀ ਨਾਲ ਉਡੀਕ ਰਿਹਾ। ਫੋਨ ਕਦੇ 15 ਦਿਨ ਮਗਰੋਂ ਆਉਂਦਾ, ਕਦੇ ਮਹੀਨੇ ਮਗਰੋਂ, ਅਤੇ ਜਦੋਂ ਫੋਨ ਆਪ ਜਸਜੀਤ ਕਰਦੀ ਤਾਂ ਉਹ ਕਦੇ ਨਾ ਚੁੱਕਦਾ, ਸਿਰਫ ਮਸ਼ੀਨ ਬੋਲਦੀ। ਸਾਲ ਲੰਘਣ ਵਾਲਾ ਹੋ ਗਿਆ ਤਾਂ ਜਸਜੀਤ ਨੂੰ ਬਾਹਰਲਿਆਂ ਬਾਰੇ ਸੁਣੀਆਂ ਗੱਲਾਂ ਯਾਦ ਆਉਣ ਲੱਗ ਪਈਆਂ। ਇਟਲੀ ਬਹੁਤੇ ਪੰਜਾਬੀ ਨਹੀਂ ਸਨ ਪਰ ਪਤਾ ਕਿੱਥੋਂ ਕਰਦੀ। ਬੇਜੀ ਵੀ ਚਿੰਤਾ ਕਰਨ ਲੱਗ ਪਏ ਸਨ। ਉਹਦੇ ਸੱਸ ਸਹੁਰਾ ਆਖਦੇ ਸੀ ਕਿ ਛੁੱਟੀਆਂ 'ਚ ਸਾਡੇ ਕੋਲ ਆ ਜਾਇਆ ਕਰੋ। ਅਖੀਰ ਪਤਾ ਲੱਗਿਆ ਕਿ ਇਟਲੀ 'ਚ ਬਹੁਤਾ ਕਾਰੋਬਾਰ ਹੀ ਨਹੀਂ। ਬਲਜਿੰਦਰ ਟਰੱਕ ਚਲਾਉਂਦਾ ਸੀ। ਜਸਜੀਤ ਨੇ ਚਿੱਠੀਆਂ ਲਿਖ ਕੇ ਬਲਜਿੰਦਰ ਨੂੰ ਕਿਹਾ ਕਿ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਵਿਆਹੀ ਹਾਂ ਜਾਂ ਕੁਆਰੀ। ਇੱਕ ਘਰ ਤੋਂ ਮੈਂ ਵਿਦਾ ਹੋ ਚੁੱਕੀ ਹਾਂ ਅਤੇ ਦੂਜਾ ਘਰ ਅਜੇ ਮਿਲਿਆ ਹੀ ਨਹੀਂ। ਜਾਂ ਤਾਂ ਮੈਨੂੰ ਬੁਲਾ ਲਓ, ਨਹੀਂ ਤਾਂ ਤਲਾਕ ਦੇ ਦਿਓ। ਇਸ ਤੋਂ ਮਗਰੋਂ ਕਈ ਦਿਨ ਨਾ ਬਲਜਿੰਦਰ ਨੇ ਫੋਨ ਕੀਤਾ, ਨਾ ਕੋਈ ਚਿੱਠੀ ਲਿਖੀ। ਬਲਜਿੰਦਰ ਨੇ ਆਪਣੇ ਮਾਂ ਪਿਓ ਨੂੰ ਵੀ ਇਹ ਨਾ ਦੱਸਿਆ ਕਿ ਇਟਲੀ 'ਚ ਉਹਨੇ ਗੋਰੀ ਕੁੜੀ ਰੱਖੀ ਹੋਈ ਹੈ। ਇਸ ਗੱਲ ਦਾ ਪਤਾ ਲੱਗਣ 'ਤੇ ਹਰਜੀਤ ਨੂੰ ਬਹੁਤ ਗੁੱਸਾ ਆਇਆ। ਇੱਕ ਦਿਨ ਸ਼ਰਾਬ ਪੀ ਕੇ ਆਖਦਾ, ਸਮਝਦਾ ਕਿ ਇਹ ਸਾਲਾ ਆਪਣੇ ਆਪ ਨੂੰ, ਮੈਂ ਉੱਥੇ ਜਾ ਕੇ ਉਹਨੂੰ ਗੋਲੀ ਮਾਰ ਦਿਆਂਗਾ। ਇਹ ਗੱਲ ਸੁਣ ਕੇ ਬੇਜੀ ਅਤੇ ਜਸਜੀਤ ਬਹੁਤ ਹੀ ਘਬਰਾ ਗਈਆਂ। ਸੱਚਮੁੱਚ ਹੀ ਉੱਥੇ ਜਾ ਕੇ ਹਰਜੀਤ ਗੋਲੀ ਮਾਰ ਸਕਦਾ ਹੈ ਕਿਉਂਕਿ ਉਹ ਆਪ ਏਡਾ ਸੱਚਾ ਸੁੱਚਾ ਹੈ ਕਿ ਕਿਸੇ ਦੀ ਹੈਵਾਨੀਅਤ ਉਸ ਕੋਲੋਂ ਜਰੀ ਨਹੀਂ ਜਾਂਦੀ। ਜਸਜੀਤ ਭੈਣ ਉਹਨੂੰ ਬੜੀ ਪਿਆਰੀ ਸੀ, ਇਸ ਲਈ ਉਹ ਕੁਝ ਵੀ ਕਰ ਸਕਦਾ ਸੀ। ਇਸ ਗੱਲ ਦੇ ਨਤੀਜਿਆਂ ਨੂੰ ਸਮਝਦਿਆਂ ਹੋਇਆਂ ਜਸਜੀਤ ਨੇ ਆਖਣਾ ਸ਼ੁਰੂ ਕਰ ਦਿੱਤਾ ਕਿ ਉਹ ਲੋਕ ਤਾਂ ਬੜੇ ਘਟੀਆ ਨੇ, ਨਾਲੇ ਜਿਸ ਬੰਦੇ ਨੂੰ ਆਪਣੇ ਮਾਂ ਬਾਪ ਦੀ ਪਰਵਾਹ ਨਹੀਂ ਮੈਨੂੰ ਕੀ ਸਾਂਭੇਗਾ, ਮੈਂ ਤਾਂ ਆਪ ਹੀ ਉਹਨੂੰ ਛੱਡ ਦੇਣਾ ਚਾਹੁੰਦੀ ਹਾਂ। ਅਤੇ ਬੇਜੀ ਨੂੰ ਪਤਾ ਸੀ ਕਿ ਜਸਜੀਤ ਹਰਜੀਤ ਨੂੰ ਠੰਡਾ ਰੱਖਣ ਲਈ ਅਜਿਹੀਆਂ ਗੱਲਾਂ ਕਰਦੀ ਸੀ। ਬੇਜੀ ਨੇ ਇੱਕ ਅੱਧੀ ਵਾਰੀ ਇੰਦਰਾ ਨੂੰ ਕਿਹਾ ਕਿ ਜਸਜੀਤ ਦੇ ਸਹੁਰਿਆਂ ਤੋਂ ਪਤਾ ਤਾਂ ਕਰ, ਕੀ ਗੱਲ ਹੈ, ਤੀਜਾ ਵਰਾ ਹੋ ਚੱਲਿਆ ਅਤੇ ਅਜੇ ਉਹ ਤੋਂ ਕਾਗਜ਼ ਹੀ ਨਹੀਂ ਬਣੇ, ਸਾਧੋ ਉਸ ਮੁੰਡੇ ਨੂੰ ਇੱਥੇ। ਅਤੇ ਬਲਜਿੰਦਰ ਦੀ ਮਾਂ ਆਖਦੀ ਸੀ ਕਿ ਸਾਡੇ ਕੀ ਅਖਤਿਆਰ ਹੈ, ਉਹ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੈਨੇਡਾ ਜਾ ਕੇ ਬੁਲਾ ਲਏਗਾ, ਨਹੀਂ ਤਾਂ ਤੁਹਾਡੀ ਕੁੜੀ ਕਿਸੇ ਤਰ੍ਹਾਂ ਕੈਨੇਡਾ ਚਲੀ ਜਾਏ, ਉਹਨੂੰ ਉੱਥੇ ਬੁਲਾ ਲਵੇ। ਇਟਲੀ ਤੋਂ ਆਏ ਕਿਸੇ ਬੰਦੇ ਨੇ ਉਹਨੂੰ ਉਹਦੇ ਘਰਦਿਆਂ ਨੂੰ ਦੱਸਿਆ ਕਿ ਬਲਜਿੰਦਰ ਨੇ ਉੱਥੇ ਇਟੈਲੀਅਨ ਲੜਕੀ ਰੱਖੀ ਹੋਈ ਹੈ, ਪੱਕੇ ਤੌਰ 'ਤੇ ਉੱਥੇ ਰਹਿਣ ਲਈ ਉਹਨੇ ਸ਼ਾਇਦ ਉਸ ਕੁੜੀ ਨਾਲ ਕੋਰਟ ਮੈਰਿਜ ਵੀ ਕੀਤੀ ਹੋਵੇ। ਇਹ ਗੱਲ ਪਤਾ ਲੱਗਣ 'ਤੇ ਜਸਜੀਤ ਨੂੰ ਬਲਜਿੰਦਰ ਬੜਾ ਹੀ ਬੇਹੁਦਾ ਲੱਗਣ ਲੱਗ ਪਿਆ। ਕੁਝ ਚਿਰ ਪਿੱਛੋਂ ਉਹਨੇ ਤਲਾਕ ਦੇ ਕਾਗਜ਼ ਵੀ ਭੇਜ ਦਿੱਤੇ। ਇਸ ਗੱਲ ਦਾ ਪਤਾ ਲੱਗਣ 'ਤੇ ਉਸ ਦਿਨ ਹਰਜੀਤ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ। ਬਲਜਿੰਦਰ ਅਤੇ ਉਹਦੇ ਘਰ ਵਾਲਿਆਂ ਨੂੰ ਕੁੱਤੇ ਕਮੀਨੇ ਆ ਕੇ ਗਾਲਾਂ ਕੱਢੀਆਂ। ਉਹ ਇੰਦਰਾ ਨੂੰ ਵੀ ਗੁੱਸੇ ਇਸ ਗੱਲ 'ਤੇ ਹੋਇਆ ਕਿ ਉਹਦੀ ਭੈਣ ਦਾ ਕਿਹੋ ਜਿਹੇ ਲੋਕਾਂ 'ਚ ਰਿਸ਼ਤਾ ਕਰਵਾਇਆ। ਇੰਦਰਾ ਦਾ ਜਵਾਬ ਸੀ ਕਿ ਮੈਂ ਉਹਦੇ 'ਚ ਕਿਹੜਾ ਵੜੀ ਹੋਈ ਸੀ। ਜਸਜੀਤ ਨੇ ਵੀ ਤਾਂ ਕੋਈ ਨਖਰੇ ਹੇਠ ਨਹੀਂ ਸੀ ਆਉਂਦਾ, ਉਹ ਵੀ ਤਾਂ ਨਾ ਕਰ ਸਕਦੀ ਸੀ ਉਸ ਲੜਕੇ ਨੂੰ।
ਬੇਜੀ ਅੱਡ ਪਰੇਸ਼ਾਨ ਰਹਿੰਦੇ ਸੀ ਕਿ ਮੇਰੀ ਧੀ ਨਾਲ ਇਹ ਕੀ ਭਾਣਾ ਵਰਤ ਗਿਆ। ਜਸਜੀਤ ਨੂੰ ਉੱਪਰੋਂ ਉੱਪਰੋਂ ਹੌਸਲਾ ਦਿੰਦੇ ਕਹਿੰਦੇ ਕਿ ਜਿਹੜਾ ਕਿਸਮਤ 'ਚ ਲਿਖਿਆ ਹੋ ਕੇ ਰਹਿੰਦਾ ਹੈ। ਹਰਜੀਤ ਕਈ ਵਾਰ ਆਖ ਚੁੱਕਿਆ ਸੀ ਕਿ ਮੈਂ ਇਟਲੀ ਜਾ ਕੇ ਪਤਾ ਕਰ ਆਉਣਾ, ਪਰ ਬੇਜੀ ਅਤੇ ਜਸਜੀਤ ਉਹਦੇ ਤੱਤੇ ਸੁਭਾਅ ਨੂੰ ਜਾਣਦੀਆਂ ਸੀ, ਜਿਸ ਕਰਕੇ ਉਹਨੂੰ ਠੰਡਿਆਂ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ। ਇਹਨਾਂ ਵਰ੍ਹਿਆਂ 'ਚ ਸੁਰਿੰਦਰ ਬੱਚਿਆਂ ਨੂੰ ਲੈ ਕੇ 2 ਵਾਰੀ ਅਮਰੀਕਾ ਘੁੰਮ ਆਈ। ਉਹਦੇ ਮਾਪੇ ਬੱਚਿਆਂ ਨੂੰ ਘੁਮਾਉਂਦੇ ਫਿਰਦੇ ਅਤੇ ਚੀਜ਼ਾਂ ਵੀ ਲੈ ਕੇ ਦਿੰਦੇ। ਹਰ ਵਾਰੀ ਇਹੀ ਆਖਦੇ ਕਿ ਤੁਸੀਂ ਸਭ ਇੱਥੇ ਆ ਜਾਓ। ਹੁਣ ਕੁਲਦੀਪ ਨੂੰ ਲੱਗਣ ਲੱਗ ਪਿਆ ਕਿ ਇੱਥੇ ਫੌਜ ਦੀ ਨੌਕਰੀ ਕਰਦਿਆਂ ਕੀ ਖਾ ਲਵਾਂਗੇ, ਕੀ ਕਮਾ ਲਵਾਂਗੇ। ਹਰ ਤੀਜੇ ਸਾਲ ਬਦਲੀ ਵੇਲੇ ਉੱਜੜ ਕੇ ਦੂਜੀ ਥਾਂ ਜਾਣਾ ਹੁੰਦਾ। ਨੌਨ ਫੈਮਿਲੀ ਸਟੇਸ਼ਨ ਉੱਤੇ ਬਦਲੀ ਹੋ ਜਾਂਦੀ ਹੈ, ਟੱਬਰ ਨੂੰ ਕਿਸੇ ਹੋਰ ਥਾਂ ਇਕੱਲੇ ਰਹਿਣਾ ਪੈਂਦਾ ਅਤੇ ਕਈ ਵਾਰੀ ਸਕੂਲ ਬਦਲ ਜਾਣ ਕਾਰਨ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਜਾਂਦੀ ਹੈ। ਫਿਰ ਅਮਰੀਕਾ ਜਾ ਕੇ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ। ਸੁਰਿੰਦਰ ਦੇ ਮੰਮੀ ਪਾਪਾ ਨੇ ਬਥੇਰਾ ਕੁਝ ਬਣਾ ਰੱਖਿਆ ਸੀ। ਉਹਦੇ ਭਰਾ ਨੂੰ ਨਾ ਆਪਣੇ ਮਾਂ ਬਾਪ ਵਿੱਚ ਅਤੇ ਨਾ ਹੀ ਉਹਨਾਂ ਦੀ ਕਿਸੇ ਚੀਜ਼ 'ਚ ਦਿਲਚਸਪੀ ਸੀ। ਉਹਦੀ ਆਪਣੀ ਜੌਬ ਬਥੇਰੀ ਚੰਗੀ ਸੀ ਅਤੇ ਨਾਲ ਵਹੁਟੀ ਵੀ ਚੰਗੀ ਜੌਬ 'ਤੇ ਸੀ, ਇਸ ਕਰਕੇ ਉਹ ਹਾਲੈਂਡ 'ਚ ਜਾ ਵਸਿਆ ਸੀ। ਇੱਥੇ ਸੁਰਿੰਦਰ ਕੁਲਦੀਪ ਦੇ ਪੀਣ 'ਤੇ ਕੁੜਦੀ ਹੁੰਦੀ ਸੀ, ਪਰ ਅਮਰੀਕਾ 'ਚ ਡਰਿੰਕਸ ਨੂੰ ਪਾਣੀ ਵਾਂਗ ਹੀ ਪੀਣ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਸ਼ਰਾਬ ਵੀ ਸਸਤੀ ਮਿਲਦੀ ਹੈ ਅਤੇ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਇੰਡੀਆ ਨਾਲੋਂ ਸਸਤੀਆਂ ਅਤੇ ਪਿਓਰ ਮਿਲਦੀਆਂ ਹਨ। ਹੁਣ ਕੁਲਦੀਪ ਸੁਰਿੰਦਰ ਦੀ ਹਾਂ ਛਾਂ ਮਿਲਾਉਣ ਲੱਗ ਪਿਆ ਸੀ ਕਿ 20 ਸਾਲ ਦੀ ਨੌਕਰੀ ਤੋਂ ਮਗਰੋਂ ਪੈਨਸ਼ਨ ਲੈ ਕੇ ਸਾਨੂੰ ਅਮਰੀਕਾ ਚਲੇ ਜਾਣਾ ਚਾਹੀਦਾ। ਉੱਥੇ ਬੱਚੇ ਚੰਗੇ ਸਕੂਲਾਂ ਕਾਲਜਾਂ 'ਚ ਪੜ੍ਹਿਆ ਕਰਨਗੇ, ਨਾਲੇ 20 ਸਾਲ ਦੀ ਜੌਬ ਕਰਨ ਮਗਰੋਂ ਉਹਦੀ ਉਮਰ 42 ਸਾਲ ਦੀ ਹੋ ਜਾਏਗੀ। ਉਹ ਤਾਂ ਚਾਹੁੰਦਾ ਸੀ ਕਿ ਹਰਜੀਤ ਵੀ ਇੱਥੇ ਆ ਜਾਏ, ਪਰ ਹਰਜੀਤ ਬੇਜੀ ਅਤੇ ਜਸਜੀਤ ਨੂੰ ਇਕੱਲਿਆਂ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ। ਫਿਰ ਪਤਾ ਨਹੀਂ ਕੀ ਹੋਇਆ, ਸ਼ਾਇਦ ਸੁਰਿੰਦਰ ਦੇ ਡੈਡੀ ਨੂੰ ਦਿਲ ਦੀ ਬਿਮਾਰੀ ਹੋਣ ਕਰਕੇ ਉਹ ਚਾਹੁੰਦੇ ਸੀ ਕਿ ਕੁਲਦੀਪ ਸੁਰਿੰਦਰ ਅਤੇ ਬੱਚਿਆਂ ਸਮੇਤ ਉੱਥੇ ਆ ਜਾਏ। ਆਖਿਰ ਕਿੰਨੀ ਪੈਨਸ਼ਨ ਹੋਏਗੀ ਜਿਹਨੂੰ ਉਹ ਉਡੀਕ ਰਿਹਾ ਸੀ। ਇਹਨਾਂ ਸਾਰੀਆਂ ਗੱਲਾਂ ਕਰਕੇ ਛੇਤੀ ਉਹ ਫੌਜ 'ਚੋਂ ਅਸਤੀਫਾ ਦੇ ਕੇ ਬੱਚਿਆਂ ਸਮੇਤ ਅਮਰੀਕਾ ਚਲਾ ਗਿਆ। ਧੰਨਵਾਦ। ਅੰਗ 4। ਕੁਲਦੀਪ ਦੇ ਜਾਣ ਵੇਲੇ ਹਰਜੀਤ ਉਦਾਸ ਹੋ ਗਿਆ। ਉਹਨੂੰ ਉਹ ਦਿੱਲੀ ਤੱਕ ਛੱਡਣ ਵੀ ਗਿਆ, ਮੁੜ ਕੇ ਆਉਂਦਾ ਉਹ ਰਾਹ 'ਚ ਸ਼ਰਾਬ ਪੀਂਦਾ ਰਿਹਾ ਅਤੇ ਵਿੱਚ ਵਿੱਚ ਪਤਾ ਨਹੀਂ ਕੀ ਸੋਚ ਕੇ ਉਹਦੀਆਂ ਅੱਖਾਂ 'ਚ ਅੱਥਰੂ ਵੀ ਆ ਜਾਂਦੇ। ਘਰ ਪਹੁੰਚਣ ਤੱਕ ਉਹ ਇੰਨੀ ਪੀ ਚੁੱਕਿਆ ਸੀ ਕਿ ਉਸ ਕੋਲੋਂ ਸੰਭਲਿਆ ਵੀ ਨਹੀਂ ਸੀ ਜਾ ਰਿਹਾ। ਗੱਡੀ ਅੰਦਰ ਕਰਕੇ ਡਰਾਈਵਰ ਸੌਣ ਲਈ ਆਪਣੇ ਘਰ ਚਲਾ ਗਿਆ। ਇੰਦਰਾ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਹਨੂੰ ਡਿੱਗਦੇ ਢਹਿੰਦੇ ਨੂੰ ਫੜ ਕੇ ਬੈੱਡ 'ਤੇ ਪਾ ਦਿੱਤਾ। ਉਹਨੇ ਕੱਪੜੇ ਵੀ ਨਾ ਬਦਲੇ ਅਤੇ ਫੀਤੇ ਖੋਲ੍ਹ ਕੇ ਬੂਟ ਇੰਦਰਾ ਨੇ ਪੈਰਾਂ 'ਚੋਂ ਕੱਢੇ। ਸਿਰਹਾਣੇ ਪਾਣੀ ਦਾ ਜੱਗ ਅਤੇ ਗਲਾਸ ਰੱਖ ਕੇ ਉਹਨੇ ਲਾਈਟ ਬੁਝਾ ਦਿੱਤੀ। ਇਉਂ ਹੀ ਦਿਨ ਲੰਘਦੇ ਜਾ ਰਹੇ ਸਨ। ਬੜੀ ਵਾਰੀ ਕੁਲਦੀਪ ਦਾ ਹਰਜੀਤ ਨੂੰ ਫੋਨ ਆ ਜਾਂਦਾ। ਕਦੇ ਉਹ ਹਰਜੀਤ ਨੂੰ ਅਮਰੀਕਾ ਦੀਆਂ ਗੱਲਾਂ ਦੱਸਣ ਲੱਗ ਜਾਂਦਾ, ਕਦੇ ਇੱਥੇ ਆਉਣ ਨੂੰ ਆਪਣੀ ਗਲਤੀ ਆਖਣ ਲੱਗ ਪੈਂਦਾ। ਉਹ ਹਰਜੀਤ ਨੂੰ ਬਹੁਤ ਮਿਸ ਕਰਦਾ ਸੀ। ਉਹਨੇ ਹਰਜੀਤ ਨੂੰ ਕਈ ਵਾਰੀ ਆਖਿਆ ਸੀ ਕਿ ਇੱਥੇ ਆ ਕੇ ਸੁਰਿੰਦਰ ਬਹੁਤ ਖੁਸ਼ ਹੈ, ਬੱਚੇ ਵੀ ਖੁਸ਼ ਨੇ, ਪਰ ਮੈਨੂੰ ਇਉਂ ਲੱਗਦਾ ਹੈ ਜਿਵੇਂ ਕਿਸੇ ਬੰਦੇ ਨੇ ਰੁੱਖ ਨੂੰ ਜੜ੍ਹਾਂ ਤੋਂ ਉਖੇੜ ਕੇ ਕਿਸੇ ਹੋਰ ਧਰਤੀ 'ਚ ਲਿਆ ਕੇ ਬੀਜ ਦਿੱਤਾ ਹੋਵੇ। ਮੈਂ ਤਾਂ ਸੁਪਨਿਆਂ ਵਿੱਚ ਵੀ ਆਪਣੇ ਦੇਸ਼ 'ਚ ਹੀ ਫਿਰਦਾ। ਕਈ ਵਾਰੀ ਸੋਚਦਾ ਕਿ ਮੈਂ ਕਿੱਡਾ ਮੂਰਖ ਹਾਂ, ਜਿਉਂਦੇ ਜੀ ਆਪਣੇ ਮਾਂ ਪਿਓ ਨੂੰ ਬੁਢੇਪੇ ਵੇਲੇ ਦੂਰ ਛੱਡ ਆਇਆ। ਇਹ ਵੀ ਨਾ ਸਮਝ ਸਕਿਆ ਕਿ ਸੁਰਿੰਦਰ ਦੇ ਮਾਪਿਆਂ ਵਰਗੇ ਹੀ ਮੇਰੇ ਮਾਪੇ ਨੇ। ਉਹ ਆਪਣੇ ਮਾਪਿਆਂ ਲਈ ਇੰਨਾ ਕੁਝ ਕਰਦੀ ਹੈ ਅਤੇ ਮੈਂ ਆਪਣੇ ਮਾਪਿਆਂ ਦੇ ਦੁੱਖ ਸੁੱਖ ਵੇਲੇ ਵੀ ਤੁਰੰਤ ਨਹੀਂ ਪਹੁੰਚ ਸਕਦਾ। ਤੂੰ ਤਾਂ ਹਰਜੀਤ ਸੋਚਦਾ ਹੋਏਗਾ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਰਿਹਾ ਹੋਵਾਂਗਾ, ਪਰ ਇੱਥੋਂ ਦੇ ਬੱਚਿਆਂ ਨੂੰ ਦੇਖ ਕੇ ਮੈਨੂੰ ਲੱਗਦਾ ਕਿ ਮੇਰੇ ਬੱਚੇ ਵੀ ਇਹਨਾਂ ਵਾਂਗ ਮਸ਼ੀਨਾਂ ਬਣ ਜਾਣਗੇ। ਹੁਣ ਮੈਨੂੰ ਸਮਝ ਆਉਂਦੀ ਹੈ ਕਿ ਸੁਰਿੰਦਰ ਦਾ ਭਰਾ ਆਪਣੇ ਮਾਂ ਬਾਪ ਨੂੰ ਛੱਡ ਕੇ ਕਿਸੇ ਹੋਰ ਦੇਸ਼ ਕਿਉਂ ਚਲਾਇਆ ਗਿਆ, ਕਿਉਂਕਿ ਇੱਥੋਂ ਦੇ ਜੰਮੇ ਪਲੇ ਬੱਚਿਆਂ ਲਈ ਕੋਈ ਵੀ ਰਿਸ਼ਤਾ ਮਾਇਨੇ ਨਹੀਂ ਰੱਖਦਾ। ਬਹੁਤੀ ਵਾਰੀ ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੱਚੇ ਕਿੱਥੇ ਨੇ ਅਤੇ ਕੀ ਕਰ ਰਹੇ ਨੇ ਅਤੇ ਕਿਵੇਂ ਜਿਉਂ ਰਹੇ ਨੇ। ਬਿਨਾਂ ਵਿਆਹ ਤੋਂ ਇਕੱਠੇ ਰਹਿ ਜਾਣਾ, ਕੁਆਰੀਆਂ ਕੁੜੀਆਂ ਦਾ ਮਾਵਾਂ ਬਣਨਾ ਇੱਥੇ ਆਮ ਗੱਲ ਹੈ। ਕਈ ਵਾਰੀ ਮਨ ਕਰਦਾ ਹਰਜੀਤ ਕਿ ਮੈਂ ਇੰਡੀਆ ਵਾਪਸ ਆ ਜਾਵਾਂ, ਪਰ ਹੁਣ ਇਹ ਸੰਭਵ ਨਹੀਂ। ਮੈਂ ਨੌਕਰੀ ਛੱਡ ਆਇਆਂ ਅਤੇ ਸੁਰਿੰਦਰ ਅਤੇ ਬੱਚੇ ਇਹ ਗੱਲ ਕਦੇ ਵੀ ਨਹੀਂ ਚਾਹੁਣਗੇ। ਮੈਨੂੰ ਦਾਦੀ ਦਾ ਇੱਕ ਅਖਾਣ ਯਾਦ ਆਉਂਦਾ, ਅਖੇ ਦੇਖ ਜੱਟ ਦੀ ਅਕਲ ਗਈ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਿਆ ਲਿੱਦ ਚੁੱਕਣੀ ਪਈ। ਮੇਰਾ ਵੀ ਕੁਛ ਅਜਿਹਾ ਹਾਲ ਹੋਇਆ ਲੱਗਦਾ। ਬੱਚੇ ਤਾਂ ਮੈਂ ਚੰਗੇ ਸਕੂਲਾਂ 'ਚ ਪੜ੍ਹਨ ਲਾ ਦਿੱਤੇ,
ਪਰ ਕੋਈ ਅਜੇ ਚੱਜ ਦਾ ਕੰਮ ਨਹੀਂ ਮਿਲਿਆ। ਵਹੁਟੀ ਮਾਂ ਪਿਓ ਕੋਲ ਆ ਕੇ ਖੁਸ਼ ਹੈ, ਪਰ ਇਹ ਜਿਹੜਾ ਘਰ ਦਾ ਸਾਰਾ ਕੰਮ ਆਪ ਕਰਨਾ ਪੈਂਦਾ ਇਹ ਬੜਾ ਔਖਾ ਹੈ। ਇੰਡੀਆ 'ਚ ਤਾਂ ਮੈਂ ਅਫਸਰ ਸੀ ਅਤੇ ਇੱਥੇ ਆਮ ਬੰਦਾ। ਇੱਕ ਦਿਨ ਸੁਰਿੰਦਰ ਇੰਦਰਾ ਨੂੰ ਫੋਨ 'ਤੇ ਦੱਸ ਰਹੀ ਸੀ, ਇੱਥੇ ਤਾਂ ਦੁਨੀਆ ਹੀ ਹੋਰ ਹੈ, ਕੰਮ ਕਰਕੇ ਜਿੰਨੇ ਮਰਜ਼ੀ ਪੈਸੇ ਕਮਾ ਲਓ, ਹਰ ਚੀਜ਼ 'ਤੇ ਕੀਮਤ ਲਿਖੀ ਹੁੰਦੀ ਹੈ। ਘਰ ਆ ਕੇ ਵੀ ਜੇ ਚੀਜ਼ ਪਸੰਦ ਨਹੀਂ ਆਈ ਤਾਂ 15 ਦਿਨਾਂ ਦੇ ਅੰਦਰ ਜਦੋਂ ਵੀ ਕਦੇ ਮੋੜ ਆਓ, ਕੋਈ ਮੱਥੇ ਵੱਟ ਨਹੀਂ ਪਾਏਗਾ। ਕਿਸੇ ਚੀਜ਼ 'ਚ ਕੋਈ ਰਲਾ ਨਹੀਂ। ਖਾਣ ਪੀਣ ਦੀਆਂ ਚੀਜ਼ਾਂ ਬੇਹੱਦ ਸਸਤੀਆਂ। ਕੋਈ ਕਿਸੇ ਦੇ ਕੰਮ 'ਚ ਦਖਲ ਨਹੀਂ ਦਿੰਦਾ, ਕੋਈ ਕਿਸੇ ਨੂੰ ਪੁੱਛਦਾ ਨਹੀਂ, ਆਪਣੇ ਆਪ ਕੋਈ ਕਿਸੇ ਦੇ ਘਰ ਜਾਂਦਾ ਆਉਂਦਾ ਨਹੀਂ। ਹਰ ਚੀਜ਼ ਸਾਫ਼ ਸੁਥਰੀ, ਕਿਤੇ ਤਿਨਕਾ ਵੀ ਕੂੜਾ ਨਹੀਂ। ਤੁਸੀਂ ਕਰ ਲਓ ਤਿਆਰੀ ਇੱਥੇ ਆਉਣ ਦੀ, ਮੇਰੇ ਡੈਡੀ ਦਾ ਘਰ ਬੜਾ ਵੱਡਾ ਹੈ, ਇਕੱਠੇ ਰਹੀ ਜਾਵਾਂਗੇ। ਇਹ ਹੁਣ ਹਰ ਰੋਜ਼ ਸ਼ਰਾਬ ਪੀਣ ਲੱਗ ਪਏ ਨੇ, ਭਾਵੇਂ ਪੀਂਦੇ ਥੋੜ੍ਹੀ ਨੇ ਪਰ ਪੀਂਦੇ ਜ਼ਰੂਰ ਨੇ। ਉਹਨਾਂ ਨੂੰ ਲੱਗਦਾ ਹੋਣਾ ਕਿ ਇੰਡੀਆ 'ਚ ਮੈਂ ਅਫਸਰ ਸੀ, ਇੱਥੇ ਆ ਕੇ ਮੈਂ ਇੱਕ ਕਾਮਾ ਬਣ ਕੇ ਰਹਿ ਗਿਆ। ਮੈਂ ਤਾਂ ਉਹਨਾਂ ਨੂੰ ਕਿਹਾ ਕਿ ਜੇ ਤੁਹਾਡਾ ਇੱਥੇ ਜੀ ਨਹੀਂ ਲੱਗਦਾ ਤਾਂ ਮੁੜ ਜਾਂਦੇ ਹਾਂ ਵਾਪਸ ਇੰਡੀਆ, ਪਰ ਉਹ ਆਖਦੇ ਨੇ ਕਿ ਵਾਪਸ ਜਾ ਕੇ ਕਰਾਂਗੇ ਵੀ ਕੀ, ਕਿਉਂਕਿ ਨੌਕਰੀ ਤੋਂ ਤਾਂ ਅਸਤੀਫਾ ਦੇ ਆਇਆ। ਨਾਲੇ ਮੰਮਾ ਡੈਡੀ ਦਾ ਸਾਨੂੰ ਸਾਡਾ ਬੜਾ ਸਹਾਰਾ ਹੈ, ਅਜੇ ਤੱਕ ਘਰ ਦਾ ਸਾਰਾ ਖਰਚ ਉਹੀ ਚਲਾ ਰਹੇ ਨੇ। ਇੰਦਰਾ ਨੇ ਵੀ ਸੁਰਿੰਦਰ ਨੂੰ ਕਿਹਾ ਵੀ ਕੁਲਦੀਪ ਦੇ ਜਾਣ 'ਤੇ ਬੜੀ ਸ਼ਰਾਬ ਪੀਣ ਲੱਗ ਪਏ ਨੇ, ਮੈਂ ਸਮਝਾ ਕੇ ਥੱਕ ਗਈ ਹਾਂ, ਤੁਸੀਂ ਭਾਅ ਜੀ ਨੂੰ ਹੀ ਕਹੋ ਕਿ ਉਹ ਹੀ ਹਰਜੀਤ ਨੂੰ ਸਮਝਾਉਣ। ਸੁਰਿੰਦਰ ਨੇ ਕਿਹਾ ਠੀਕ ਹੈ, ਮੈਂ ਉਹਨਾਂ ਨੂੰ ਕਹਾਂਗੀ ਇਸ ਬਾਰੇ। ਇਹ ਕਹਿ ਕੇ ਉਹਨੇ ਫੋਨ ਬੰਦ ਕਰ ਦਿੱਤਾ। ਸੁਰਿੰਦਰ ਨੇ ਇਸ ਬਾਰੇ ਕੁਲਦੀਪ ਨਾਲ ਗੱਲ ਕੀਤੀ, ਉਹਨੂੰ ਹਰਜੀਤ ਦੀ ਚਿੰਤਾ ਹੋਈ। ਉਹਨੇ ਹਰਜੀਤ ਨੂੰ ਫੋਨ 'ਤੇ ਕਿਹਾ ਮੈਨੂੰ ਪਤਾ ਲੱਗਿਆ ਕਿ ਤੂੰ ਸ਼ਰਾਬ ਬਹੁਤ ਪੀਣ ਲੱਗ ਪਿਆ, ਇਉਂ ਆਪਣੇ ਆਪ ਨੂੰ ਭੁੱਲ ਕੇ ਸ਼ਰਾਬ ਦੇ ਸਹਾਰੇ ਕਿੰਨਾ ਚਿਰ ਜੀ ਸਕੇਂਗਾ। ਮੈਨੂੰ ਪਤਾ ਇੰਦਰਾ ਭਾਬੀ ਦਾ ਸੁਭਾਅ ਬੜਾ ਤਿੱਖਾ, ਪਰ ਇਹਨਾਂ ਜਨਾਨੀਆਂ ਦੀਆਂ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਦੇਈਦਾ, ਨਾਲੇ ਬੱਚੇ ਜਦੋਂ ਵੱਡੇ ਹੋ ਜਾਣ, ਜਨਾਨੀਆਂ ਫਿਰ ਬੰਦੇ ਨੂੰ ਕੁਛ ਨਹੀਂ ਸਮਝਦੀਆਂ। ਤੂੰ ਇੰਡੀਆ ਤਾਂ ਆਪਣੇ ਬੱਚਿਆਂ ਨੂੰ ਠੀਕ ਰੱਖ ਰਿਹਾ, ਇੱਥੇ ਤਾਂ ਬੱਚਿਆਂ ਦਾ ਪਤਾ ਨਹੀਂ ਲੱਗਦਾ ਕੀ ਤੋਂ ਕੀ ਬਣ ਜਾਣ। ਇਹ ਸੁਣ ਕੇ ਹਰਜੀਤ ਕਹਿਣ ਲੱਗਾ ਯਾਰ ਤੈਨੂੰ ਪਤਾ ਨਹੀਂ ਕਿ ਤੇਰੀ ਭਰਜਾਈ ਮੇਰੀ ਹਰ ਗੱਲ ਨੂੰ ਇਗਨੋਰ ਕਰਨ ਲੱਗ ਪਈ ਹੈ, ਉਹਦੇ ਕਰਕੇ ਮੇਰੀ ਭੈਣ ਦੀ ਜ਼ਿੰਦਗੀ ਨਰਕ ਬਣ ਗਈ ਹੈ, ਉਹ ਆਪਣੇ ਖਿਲਾਫ਼ ਕੁਝ ਵੀ ਸੁਣਨ ਨੂੰ ਤਿਆਰ ਹੀ ਨਹੀਂ। ਕੁਲਦੀਪ ਨੇ ਕਿਹਾ ਮੈਂ ਸਮਝਦਾ ਕਿ ਜਸਜੀਤ ਦੇ ਵਿਆਹ ਦੇ ਵਿਗੜ ਜਾਣ ਨਾਲ ਤੈਨੂੰ ਟੈਨਸ਼ਨ ਹੋਈ ਰਹਿੰਦੀ ਹੈ, ਐਡੀ ਟੈਨਸ਼ਨ ਦੀ ਕੀ ਗੱਲ ਹੈ, ਜਦੋਂ ਪਤਾ ਲੱਗ ਗਿਆ ਕਿ ਉੱਧਰ ਉਹਦੇ ਘਰ ਵਾਲੇ ਨੇ ਮਿਹਮ ਰੱਖੀ ਹੋਈ ਹੈ, ਤਲਾਕ ਲੈ ਕੇ ਦਫਾ ਕਰੋ। ਸਾਡੀ ਸੁਸਾਇਟੀ 'ਚ ਤਲਾਕ ਨੂੰ ਹਊਆ ਬਣਾ ਛੱਡਿਆ, ਇੱਧਰ ਇਸ ਗੱਲੋਂ ਲੋਕ ਠੀਕ ਨੇ, ਉਹ ਪਰਵਾਹ ਨਹੀਂ ਕਰਦੇ। ਅੱਛਾ ਮੈਂ ਫਿਰ ਗੱਲ ਕਰਦਾ, ਬਾਹਰ ਗੇਟ 'ਤੇ ਬੈਲ ਵੱਜੀ ਹੈ, ਦੇਖਦਾ ਕੌਣ ਹੈ, ਆਖ ਕੇ ਕੁਲਦੀਪ ਫੋਨ ਬੰਦ ਕਰ ਗਿਆ। ਕੁਲਦੀਪ ਨੇ ਬਾਹਰ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਅੰਕੁਰ ਆਪਣੀ ਗਰਲਫ੍ਰੈਂਡ ਨਾਲ ਖੜ੍ਹਾ ਹੈ, ਉਹਦੀ ਆਪਣੇ ਡੈਡੀ ਨਾਲ ਜਾਣ ਪਛਾਣ ਕਰਾਈ, ਫਿਰ ਉਹਨੂੰ ਆਪਣੇ ਕਮਰੇ 'ਚ ਲੈ ਗਿਆ। ਕੁਲਦੀਪ ਆਪਣੇ ਲਈ ਰਸੋਈ 'ਚ ਚਾਹ ਬਣਾਉਣ ਲੱਗ ਪਿਆ ਸੀ, ਅੰਕੁਰ ਰਸੋਈ 'ਚ ਆਇਆ, ਉਹ ਫਰਿੱਜ ਵਿੱਚੋਂ ਕੇਕ ਅਤੇ ਬੀਅਰ ਦੇ ਕੇਨ ਟ੍ਰੇ 'ਚ ਰੱਖ ਆਪਣੇ ਕਮਰੇ 'ਚ ਲੈ ਗਿਆ। ਕੁਲਦੀਪ ਸੋਚ ਰਿਹਾ ਸੀ ਕਿ ਅਸੀਂ ਤਾਂ ਆਪਣੇ ਮਾਪਿਆਂ ਤੋਂ ਬੜਾ ਡਰਦੇ ਹੁੰਦੇ ਸੀ, ਉਹ ਇਉਂ ਆਪਣੇ ਮਾਪਿਆਂ ਦੀਆਂ ਕਈ ਹੋਰ ਗੱਲਾਂ ਸੋਚਦਾ ਚਾਹ ਦਾ ਕੱਪ ਚੁੱਕ ਕੇ ਆਪਣੇ ਕਮਰੇ 'ਚ ਚਲਾ ਗਿਆ। ਸੁਰਿੰਦਰ ਹਾਲੇ ਵੀ ਆਪਣੇ ਮੰਮੀ ਪਾਪਾ ਕੋਲ ਸੀ, ਆਪਣੇ ਪਾਪਾ ਦਾ ਉਹਨੇ ਸ਼ਾਇਦ ਚੈੱਕਅਪ ਕਰਾਉਣਾ ਸੀ, ਇਸ ਲਈ ਪਤਾ ਨਹੀਂ ਕਦੋਂ ਆਵੇ। ਫਿਰ ਹਰਜੀਤ ਬਾਰੇ ਖਿਆਲ ਆ ਗਿਆ, ਉਹਨੂੰ ਜਿਵੇਂ ਹਰਜੀਤ ਦੀ ਚਿੰਤਾ ਹੋ ਰਹੀ ਸੀ, ਉਹਦਾ ਇੱਕ ਮਨ ਕੀਤਾ ਕਿ ਕੱਲ੍ਹ ਨੂੰ ਹੀ ਟਿਕਟ ਕਟਾ ਕੇ ਇੰਡੀਆ ਹਰਜੀਤ ਕੋਲ ਪਹੁੰਚ ਜਾਏ। ਫਿਰ ਉਹਨੇ ਟੈਲੀਵਿਜ਼ਨ ਔਨ ਕੀਤਾ, ਕੁਝ ਪ੍ਰੋਗਰਾਮ ਦੇਖੇ, ਪਰ ਉਹਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ, ਉਹਨੇ ਟੈਲੀਵਿਜ਼ਨ ਔਫ ਕਰ ਦਿੱਤਾ। ਫਿਰ ਉਹਨੇ ਉੱਠ ਕੇ ਕੈਬਿਨੇਟ ਵਿੱਚੋਂ ਬੋਤਲ ਕੱਢ ਲਈ, ਪਾਣੀ ਦੀ ਬੋਤਲ ਅਤੇ ਗਿਲਾਸ ਰਸੋਈ 'ਚ ਲੈ ਆਇਆ। ਪਹਿਲਾਂ ਉਹਨੇ ਛੋਟੇ ਛੋਟੇ ਪੈੱਗ ਪੀਤੇ, ਫਿਰ ਵੱਡੇ ਵੱਡੇ ਪੀਣ ਲੱਗ ਪਿਆ, ਫਿਰ ਪਤਾ ਨਹੀਂ ਕਦੋਂ ਉੱਥੇ ਉਹ ਆਪਣੇ ਬੈੱਡ 'ਤੇ ਟੇਢਾ ਹੋ ਕੇ ਬੇਹੋਸ਼ੀ ਵਰਗੀ ਨੀਂਦ 'ਚ ਡੁੱਬ ਗਿਆ। ਪਤਾ ਨਹੀਂ ਕਦੋਂ ਦਾ ਉਹ ਸੁੱਤਾ ਪਿਆ ਸੀ, ਟੈਲੀਫੋਨ ਦੀ ਘੰਟੀ ਵੱਜ ਰਹੀ ਸੀ। ਪਹਿਲਾਂ ਤੋਂ ਆਲਸ ਕਾਰਨ ਉੱਠਿਆ ਹੀ ਨਾ ਅਤੇ ਜਦੋਂ ਉਹਨੇ ਸਾਹਮਣੇ ਲੱਗੇ ਵਾਲ ਕਲਾਕ ਤੋਂ ਟਾਈਮ ਵੇਖਿਆ, ਸਵੇਰ ਦੇ 4 ਵਜੇ ਹੋਏ ਸੀ। ਕੁਵੇਲੇ ਕੌਣ ਫੋਨ ਕਰ ਸਕਦਾ ਸੀ, ਇੰਡੀਆ ਤੋਂ ਹੋਏਗਾ। ਰਿਸੀਵਰ ਚੁੱਕ ਕੇ ਜਦੋਂ ਉਹਨੇ ਹੈਲੋ ਬੋਲਿਆ ਤਾਂ ਗੁਰਜੀਤ ਨੇ ਕਿਹਾ ਸੌਰੀ ਯਾਰ, ਤੈਨੂੰ ਕੁਵੇਲੇ ਬੇਆਰਾਮ ਕੀਤਾ। ਕੋਈ ਗੱਲ ਨਹੀਂ ਯਾਰ, ਤੂੰ ਗੱਲ ਦੱਸ ਕੀ ਹੋਇਆ, ਇੱਥੇ ਇੰਡੀਆ 'ਚ ਤਾਂ ਦੁਪਹਿਰਾ ਹੋਏਗਾ ਅਤੇ ਤੂੰ ਦਿਨੇ ਇੰਨੀ ਪੀ ਰੱਖੀ ਹੈ ਕਿ ਤੇਰੀ ਆਵਾਜ਼ ਲੜਖੜਾ ਰਹੀ ਹੈ, ਕੁਲਦੀਪ ਨੇ ਕਿਹਾ। ਹਾਂ ਪੀ ਰੱਖੀ ਹੈ, ਹੋਰ ਕਰਦਾ ਵੀ ਕੀ, ਜਸਜੀਤ ਭੈਣ ਜੀ ਨੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਸਨ ਅਤੇ ਖਤਮ ਹੋ ਗਏ, ਮੈਂ ਉਹਨਾਂ ਨੂੰ ਬਚਾ ਨਾ ਸਕਿਆ,
ਅਸਲ 'ਚ ਹਰਜੀਤ ਨੇ ਇਹ ਰੋਕ ਕੇ ਦੱਸਿਆ। ਕੁਲਦੀਪ ਪਹਿਲਾਂ ਹੀ ਸਮਝ ਗਿਆ ਸੀ ਕਿ ਹਰਜੀਤ ਦਾ ਕੁਵੇਲੇ ਜੋ ਫੋਨ ਆਇਆ ਸੁੱਖ ਨਹੀਂ ਸੀ ਜਾਂਦੇ। ਜਸਜੀਤ ਭੈਣ ਜੀ ਨੇ ਇਉਂ ਕਿਉਂ ਕੀਤਾ, ਕੁਲਦੀਪ ਨੇ ਪੁੱਛਿਆ। ਪਹਿਲਾਂ ਤਾਂ ਇੰਦਰਾ ਮੁੰਡੇ ਵਾਲਿਆਂ ਨੂੰ ਕੋਸਦੀ ਸੀ, ਮਗਰੋਂ ਆਖਣ ਲੱਗ ਪਈ ਕਿ ਇਟਲੀ 'ਚ ਕੁੜੀ ਰੱਖੀ ਹੋਣਾ ਤਾਂ ਬਹਾਨਾ ਹੋਏਗਾ। ਅਸਲ ਵਿੱਚ ਜਸਜੀਤ ਭੈਣ ਜੀ ਬਾਰੇ ਖਬਰੇ ਅਗਲਿਆਂ ਨੇ ਕੀ ਸੁਣ ਲਿਆ ਕਿ ਸਿੱਧਾ ਤਲਾਕ ਹੀ ਭੇਜ ਦਿੱਤਾ। ਇੰਦਰਾ ਬਕਵਾਸ ਕਰਦੀ ਹੈ, ਅਸਲ 'ਚ ਜਸਜੀਤ ਭੈਣ ਜੀ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਖਾਤਰ ਮੈਂ ਕਿਸੇ ਪੁਆੜੇ 'ਚ ਪਾਵਾਂ। ਮੈਂ ਤਾਂ ਹੁਣ ਵੀ ਆਖਦਾ ਕਿ ਕਿਸੇ ਨਾ ਕਿਸੇ ਦਿਨ ਮੈਂ ਉਸ ਕਮੀਨੇ 'ਤੇ ਗੋਲੀ ਮਾਰ ਦੇਣੀ ਹੈ। ਹੁਣ ਮੈਨੂੰ ਇਹ ਵੀ ਲੱਗਦਾ ਕਿ ਮੈਂ ਬੇਜੀ ਅਤੇ ਜਸਜੀਤ ਭੈਣ ਜੀ ਨੂੰ ਚੰਡੀਗੜ੍ਹ ਆਪਣੇ ਕੋਲ ਰੱਖ ਲੈਂਦਾ, ਪਰ ਇੰਦਰਾ ਦਾ ਸੁਭਾਅ ਮਾੜਾ, ਉਹ ਤਾਂ 4 ਦਿਨ ਮਿਲਣ ਆਇਆ ਤੋਂ ਭਾਂਡੇ ਭੰਨਣ ਲੱਗ ਜਾਂਦੀ ਹੈ। ਇੱਕ ਦਿਨ ਬੇਜੀ ਨੂੰ ਪੁੱਛਦੀ ਸੀ ਕਿ ਜਸਜੀਤ ਭੈਣ ਜੀ ਆਪਣੇ ਹਿੱਸੇ ਦੀ ਜ਼ਮੀਨ ਲੈਣਗੇ ਕਿ ਨਹੀਂ। ਜਿਹੜੀ ਕੁੜੀ ਜ਼ਮੀਨ ਵੰਡਾਉਂਦੀ ਹੈ ਉਹ ਭੈਣ ਦੀ ਥਾਂ ਸ਼ਰੀਕਣੀ ਬਣ ਜਾਂਦੀ ਹੈ। ਅਸੀਂ ਤਾਂ ਸੋਚਿਆ ਸੀ ਕਿ ਵਿਆਹ ਹੋ ਗਿਆ, ਆਪਣੇ ਘਰ ਜਾਣਗੇ, ਸਾਨੂੰ ਕੀ ਪਤਾ ਸੀ ਕਿ ਉਹਨਾਂ ਨੇ ਸਾਡੇ ਸਿਰ 'ਤੇ ਬੈਠੇ ਰਹਿਣਾ। ਜਸਜੀਤ ਭੈਣ ਜੀ ਬਹੁਤ ਸੈਂਸਿਟਿਵ ਸਨ, ਹਰ ਗੱਲ ਸਮਝਦੇ ਸਨ। ਆਪਣੇ ਜਾਣੇ ਤਾਂ ਉਹ ਹਰਜੀਤ ਇੱਕੋ ਸਾਹ 'ਚ ਸਾਰੀ ਗੱਲ ਦੱਸ ਰਿਹਾ ਸੀ, ਜਿਵੇਂ ਉਹ ਇਸ ਦੁੱਖ ਦੇ ਭਾਰ ਨੂੰ ਹਲਕਾ ਕਰਨਾ ਚਾਹੁੰਦਾ ਸੀ। ਕੁਲਦੀਪ ਨੇ ਵਿੱਚੋਂ ਟੋਕ ਕੇ ਕਿਹਾ, ਇਹ ਤਾਂ ਮਾੜੀ ਖਬਰ ਹੈ। ਇੰਦਰਾ ਪੜ੍ਹੀ ਲਿਖੀ ਸਿਆਣੀ ਔਰਤ ਹੈ, ਪਤਾ ਨਹੀਂ ਕਿਉਂ ਕਮੀਨੀਆਂ ਗੱਲਾਂ ਕਰਨ ਲੱਗ ਪੈਂਦੀ ਹੈ। ਜੇ ਉਹ ਪਤਾ ਹੁੰਦਾ ਤਾਂ ਜਸਜੀਤ ਨੂੰ ਮੈਂ ਇੱਥੇ ਅਮਰੀਕਾ ਨਾ ਬੁਲਾ ਲੈਂਦਾ। ਅੱਜ ਕੱਲ੍ਹ ਇੰਦਰਾ ਦੀਪਕ ਦੇ ਦੁਆਲੇ ਹੋਈ ਰਹਿੰਦੀ ਹੈ। ਉਹ ਆਖਦਾ ਹੈ, ਮੈਨੂੰ ਸਾਇੰਸ ਚੰਗੀ ਨਹੀਂ ਲੱਗਦੀ, ਮੈਂ ਅੱਗੇ ਆਰਟਸ ਕਰਾਂਗਾ, ਆਰਟਸ ਵਿੱਚ ਵੀ ਮਿਊਜ਼ਿਕ ਪੇਂਟਿੰਗ ਦੇ ਸਬਜੈਕਟ ਲਵਾਂਗਾ। ਇੰਦਰਾ ਆਖਦੀ ਹੈ, ਤੂੰ ਰਾਜੇ ਦਾ ਪੁੱਤ ਨਹੀਂ ਵੀ ਜੋ ਦਿਲ ਚਾਹੇ ਕਰੀ ਜਾਵੇਂ, ਆਰਟਸ ਕਰਕੇ ਰੋਟੀ ਕਿੱਥੋਂ ਖਾਏਗਾ। ਮੈਂ ਬਥੇਰਾ ਆਖਦਾ ਇੰਦਰਾ ਨੂੰ ਵੀ ਬੱਚੇ ਨੂੰ ਤੰਗ ਨਹੀਂ ਕਰੀਦਾ, ਉਲਟਾ ਮੇਰੇ ਗੱਲ ਪੈ ਜਾਂਦੀ ਹੈ ਵੀ ਹੁਣ ਮਾੜੀਆਂ ਸਲਾਹਾਂ ਦਿੰਦੇ ਹੋ। ਵੱਡਾ ਤਾਂ ਹੋਸਟਲ ਜਾ ਕੇ ਕਲੇਸ਼ ਤੋਂ ਬਚ ਗਿਆ, ਹਰਜੀਤ ਦੱਸ ਰਿਹਾ ਸੀ। ਕੁਲਦੀਪ ਨੇ ਪੁੱਛਿਆ, ਬੇਜੀ ਹੁਣ ਪਿੰਡ ਇਕੱਲੇ ਨੇ? ਹਰਜੀਤ ਨੇ ਦੱਸਿਆ, ਮੈਂ ਬੇਜੀ ਨੂੰ ਆਖਿਆ ਸੀ ਤੁਸੀਂ ਸਾਡੇ ਕੋਲ ਚੱਲੋ, ਪਰ ਇੰਦਰਾ ਆਖਦੀ ਸੀ ਕਿ ਬੇਜੀ ਵੀ ਸਾਡੇ ਕੋਲ ਆ ਗਏ ਤਾਂ ਪਿੰਡ ਵਾਲੀ ਹਵੇਲੀ ਦੀ ਕੌਣ ਸਾਂਭ ਸੰਭਾਈ ਕਰੂ? ਜਿੰਦਰੇ ਤੋੜ ਕੇ ਲੋਕ ਸਾਰਾ ਸਮਾਨ ਹੀ ਚੋਰੀ ਕਰ ਲੈਣਗੇ। ਅਸਲ 'ਚ ਤਾਂ ਉਹ ਨਹੀਂ ਚਾਹੁੰਦੀ ਕਿ ਬੇਜੀ ਸਾਡੇ ਕੋਲ ਆ ਕੇ ਰਹਿਣ, ਉਹਦਾ ਦਿਲ ਦਿਮਾਗ ਛੋਟੇ ਨੇ, ਉਹਦਾ ਦਿਲ ਅਤੇ ਦਿਮਾਗ ਛੋਟੇ ਨੇ। ਕੁਲਦੀਪ ਅਸਲ ਵਿੱਚ ਜੋ ਜਿਸ ਤਬਕੇ ਤੋਂ ਆਉਂਦਾ ਹੈ ਉਹਦੀ ਸੋਚ ਉਸ ਤਬਕੇ ਤੋਂ ਗਾਹ ਨਹੀਂ ਜਾਂਦੀ। ਇੰਦਰਾ ਲਈ ਨਿੱਕੀਆਂ ਨਿੱਕੀਆਂ ਚੀਜ਼ਾਂ ਬੰਦਿਆਂ ਨਾਲੋਂ ਵੱਧ ਮਹੱਤਤਾ ਰੱਖਦੀਆਂ ਨੇ। ਜਸਜੀਤ ਭੈਣ ਜੀ ਨੂੰ ਉਂਝ ਹੀ ਇੰਦਰਾ ਸੋਹਣੀ ਲੱਗੀ ਸੀ, ਹੁਣ ਮੈਂ ਸਮਝਦਾ ਸੋਹਣੇ ਹੋਣਾ ਕੋਈ ਖਾਸ ਗੱਲ ਨਹੀਂ, ਜ਼ਰੂਰੀ ਹੁੰਦਾ ਹੈ ਚੰਗੇ ਹੋਣਾ। ਕੁਲਦੀਪ ਬੋਲਿਆ, ਇੱਥੇ ਇੰਡੀਆ ਰਾਤ ਅੱਧੀ ਤੋਂ ਵੱਧ ਲੰਘ ਚੁੱਕੀ ਹੋਣੀ ਹੈ ਅਤੇ ਤੂੰ ਅਜੇ ਤੱਕ ਜਾਗ ਹੀ ਰਿਹਾ। ਹਰਜੀਤ ਕਹਿਣ ਲੱਗਾ ਕਿ ਹਾਂ, ਅੱਜ ਜਿਵੇਂ ਦਾਰੂ ਦਾ ਨਸ਼ਾ ਵੀ ਨਹੀਂ ਹੋ ਰਿਹਾ। ਬਾਪੂ ਜੀ, ਬੇਜੀ, ਭੈਣ ਜੀ ਯਾਦ ਆ ਰਹੇ ਨੇ ਅਤੇ ਤੂੰ ਵੀ ਯਾਦ ਆ ਰਿਹਾ ਸੀ। ਮੈਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਸਭ ਕੁਝ ਇਉਂ ਕਿਉਂ ਹੋ ਰਿਹਾ ਹੈ। ਦੀਪਕ ਇੱਕ ਦਿਨ ਅੱਖਾਂ ਭਰ ਕੇ ਮੈਨੂੰ ਆਖਦਾ ਸੀ ਕਿ ਡੈਡੀ, ਮੰਮਾ ਨੂੰ ਸਮਝਾਓ ਕਿ ਮੈਨੂੰ ਸਾਇੰਸ ਚੰਗੀ ਨਹੀਂ ਲੱਗਦੀ। ਉਹ ਆਖਦੀ ਹੈ ਕਿ ਜੇ ਤੂੰ ਮੇਰਾ ਕਹਿਣਾ ਨਹੀਂ ਮੰਨੇਗਾ ਤਾਂ ਮੈਂ ਤੈਨੂੰ ਘਰੋਂ ਕੱਢ ਦਿਆਂਗੀ। ਦੀਪਕ ਇਸ ਲਈ ਵੀ ਡਰ ਗਿਆ ਕਿ ਇੰਦਰਾ ਸੱਚਮੁੱਚ ਹੀ ਇਉਂ ਕਰ ਸਕਦੀ ਹੈ। ਅਤੇ ਤੂੰ ਹੈਰਾਨ ਹੋਏਗਾ ਕੁਲਦੀਪ, ਕਿ ਉਹ ਮੇਰੇ ਨਾਲ ਲੜ ਕੇ CEO ਦੇ ਘਰ ਸ਼ਿਕਾਇਤ ਲਗਾਉਣ ਚਲੀ ਗਈ ਸੀ। ਉਹ ਬੜਾ ਹਰਾਮੀ ਹੈ। ਉਹ ਇੰਦਰਾ ਨੂੰ ਆਖਣ ਲੱਗਾ ਕਿ ਜਦੋਂ ਤੇਰਾ ਜੀ ਕੀਤਾ ਸਾਡੇ ਘਰ ਆ ਜਾਇਆ ਕਰ, ਇਉਂ ਤੇਰਾ ਘਰ ਵਾਲਾ ਤੇਰੇ ਤੋਂ ਡਰਦਾ ਰਹੇਗਾ। ਪਰ ਬੇਅਕਲ ਔਰਤ ਨੂੰ ਇਹ ਸਮਝ ਨਹੀਂ ਲੱਗੀ ਕਿ ਉਹਦਾ ਇਹ ਆਖਣ ਦਾ ਮਤਲਬ ਕੀ ਹੈ। ਅੱਛਾ, ਬੰਦ ਕਰਦਾ ਫੋਨ, ਮੈਂ ਡਰਿੰਕ ਹੋਰ ਲੈ ਕੇ ਸੌਣ ਦੀ ਕੋਸ਼ਿਸ਼ ਕਰਦਾ। ਕੁਲਦੀਪ ਨੇ ਕਿਹਾ, ਹਰਜੀਤ ਤੂੰ ਉਦਾਸ ਨਾ ਹੋ, ਮੈਂ ਛੇਤੀ ਆਉਣ ਦੀ ਕੋਸ਼ਿਸ਼ ਕਰਾਂਗਾ। ਹਰਜੀਤ ਅਜੇ ਅਮਰੀਕਾ ਜਾਣ ਦੀਆਂ ਸਕੀਮਾਂ ਬਣਾ ਹੀ ਰਿਹਾ ਸੀ ਕਿ ਇੱਕ ਦਿਨ ਕਾਰ ਐਕਸੀਡੈਂਟ ਨੇ ਹਰਜੀਤ ਦੀ ਜਾਨ ਲੈ ਲਈ। ਕੁਲਦੀਪ ਭੋਗ ਵੇਲੇ ਆਇਆ ਅਤੇ ਭੁੱਬਾਂ ਮਾਰ ਮਾਰ ਕੇ ਰੋਇਆ। ਬੇਜੀ ਤਾਂ ਇੱਕਦਮ ਜਿਵੇਂ ਪੱਥਰ ਹੀ ਬਣ ਗਏ ਸੀ, ਬਿੱਟ ਬਿੱਟ ਲੋਕਾਂ ਦੇ ਮੂੰਹਾਂ ਵੱਲ ਦੇਖਦੇ ਰਹਿੰਦੇ, ਜਿਵੇਂ ਉਹਨਾਂ ਨੂੰ ਕੁਝ ਸਮਝ ਨਾ ਆ ਰਿਹਾ ਹੋਵੇ। ਬਥੇਰੇ ਲੋਕਾਂ ਨੇ ਬੇਜੀ ਨੂੰ ਸਮਝਾਇਆ, ਇਹ ਤਾਂ ਰੱਬ ਦਾ ਭਾਣਾ ਹੈ, ਇਉਂ ਹੀ ਮੰਨਣਾ ਪਊ। ਕੁਲਦੀਪ ਵਾਪਸ ਅਮਰੀਕਾ ਚਲਾ ਗਿਆ ਸੀ, ਉਹਨੂੰ ਇੱਕ ਕੰਪਨੀ 'ਚ ਨੌਕਰੀ ਮਿਲ ਗਈ। ਉਂਝ ਤਾਂ ਸਭ ਠੀਕ ਠਾਕ ਲੱਗਦਾ ਸੀ, ਪਰ ਕੁਲਦੀਪ ਫਿਰ ਵੀ ਬੌਂਦਲਿਆ ਜਿਹਾ ਰਹਿੰਦਾ। ਹਰਜੀਤ ਦੀ ਮੌਤ ਨੇ ਜਿਵੇਂ ਉਹਦੇ ਅੰਦਰ ਬੜੀ ਟੁੱਟ ਭੱਜ ਕਰ ਦਿੱਤੀ ਹੋਵੇ। ਹੁਣ ਜਿਵੇਂ ਉਹ ਸਾਬਤਾ ਸਬੂਤਾ ਨਹੀਂ, ਸਗੋਂ ਟੁਕੜਿਆਂ 'ਚ ਜੀ ਰਿਹਾ ਸੀ। ਕਦੇ ਕਦੇ ਉਹਨੂੰ ਲੱਗਦਾ ਕਿ ਹੁਣ ਜਦੋਂ ਵੀ ਉਹ ਇੰਡੀਆ ਜਾਏਗਾ, ਹਰਜੀਤ ਉਹਨੂੰ ਏਅਰਪੋਰਟ 'ਤੇ ਲੈਣ ਆਇਆ ਹੋਵੇਗਾ। ਫਿਰ ਜਦੋਂ ਉਹਨੂੰ ਯਾਦ ਆਉਂਦਾ ਕਿ ਹਰਜੀਤ ਹੁਣ ਕਿਧਰੇ ਹੈ ਹੀ ਨਹੀਂ, ਤਾਂ ਇੰਡੀਆ ਜਾਣ ਬਾਰੇ ਸੋਚਣ ਨੂੰ ਜੀ ਨਾ ਕਰਦਾ।
ਉਹਨੇ ਹਰਜੀਤ ਦੀ ਵਹੁਟੀ ਇੰਦਰਾ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਜੇ ਬੱਚਿਆਂ ਵਿੱਚੋਂ ਕੋਈ ਵੀ ਇੱਧਰ ਆ ਕੇ ਪੜ੍ਹਨਾ ਚਾਹੇ ਤਾਂ ਸਾਡੇ ਕੋਲ ਭੇਜ ਦਿਓ। ਕੁਲਦੀਪ ਦੁਬਾਰਾ ਇੰਡੀਆ ਆ ਕੇ ਹਰਜੀਤ ਦੀ ਮੌਤ ਨੂੰ ਨੇੜਿਓਂ ਦੇਖਣਾ ਚਾਹੁੰਦਾ ਸੀ। ਉਹ ਜਾਣਦਾ ਸੀ ਕਿ ਬਾਹਰਲੇ ਐਕਸੀਡੈਂਟ ਕਿਸੇ ਅੰਦਰਲੇ ਭੌਜਲ ਕਰਕੇ ਹੀ ਵਾਪਰਦੇ ਨੇ। ਉਹਨੂੰ ਇਹ ਤਾਂ ਪਤਾ ਸੀ ਕਿ ਹਰਜੀਤ ਦੀ ਐਕਸੀਡੈਂਟ ਨਾਲ ਮੌਤ ਹੋਈ ਹੈ, ਪਰ ਉਹਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹਦਾ ਐਕਸੀਡੈਂਟ ਹੋਇਆ ਕਿਉਂ। ਅੰਦਰ ਖੌਰੂ ਪਾਉਂਦੇ ਖਿਆਲਾਂ ਨੂੰ ਸ਼ਾਂਤ ਕਰਨ ਲਈ ਉਹਨੇ ਦੁਬਾਰਾ ਇੰਡੀਆ ਆਉਣ ਦਾ ਫੈਸਲਾ ਕਰ ਲਿਆ। ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਜਦੋਂ ਪਹੁੰਚਿਆ ਉਹਦੀਆਂ ਨਜ਼ਰਾਂ ਲੋਕਾਂ ਵਿੱਚੋਂ ਹਰਜੀਤ ਨੂੰ ਲੱਭ ਰਹੀਆਂ ਸਨ, ਪਰ ਉਹ ਤਾਂ ਕਿਤੇ ਵੀ ਨਹੀਂ ਸੀ। ਟੈਕਸੀ ਲੈ ਕੇ ਉਹ ਸਿੱਧਾ ਚੰਡੀਗੜ੍ਹ ਹਰਜੀਤ ਦੀ ਕੋਠੀ ਪਹੁੰਚਿਆ। ਇਸ ਕੋਠੀ 'ਚੋਂ ਹਰਜੀਤ ਨਾਲ ਪਹਿਲਾਂ ਵੀ ਬਥੇਰੀ ਵਾਰ ਆਇਆ ਸੀ, ਪਰ ਅੱਜ ਉਹਦੀ ਕੋਠੀ ਉਹਨੂੰ ਬੜੀ ਉਦਾਸ ਲੱਗੀ। ਕੋਠੀ ਦੇ ਲੌਂਚ 'ਚ ਲੱਗੇ ਜਿਹੜੇ ਫੁੱਲ ਬੂਟੇ ਹਮੇਸ਼ਾ ਟਹਿਕਦੇ ਹੁੰਦੇ ਸੀ, ਉਹ ਹੁਣ ਜਿਵੇਂ ਪਤਝੜ ਦੀ ਮੌਸਮ 'ਚ ਚਲੇ ਗਏ ਸਨ। ਬੈਲ ਕਰਨ 'ਤੇ ਗੇਂਦਾ ਰਾਮ ਨੇ ਕੁਲਦੀਪ ਨੂੰ ਡਰਾਇੰਗ ਰੂਮ ਵੱਲ ਲਿਜਾਂਦਿਆਂ ਅੱਖਾਂ ਭਰ ਕੇ ਕਿਹਾ ਕਿ ਸਾਹਿਬ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਨੇ। ਡਰਾਇੰਗ ਰੂਮ 'ਚ ਬੈਠਾ ਕੁਲਦੀਪ ਮਸਾਂ ਮਸਾਂ ਆਪਣਾ ਰੋਣਾ ਰੋਕ ਰਿਹਾ ਸੀ। ਹਰਜੀਤ ਦੀ ਵਹੁਟੀ ਜਦੋਂ ਕਮਰੇ 'ਚ ਆਈ ਤਾਂ ਕੁਲਦੀਪ ਨੇ ਖੜ੍ਹੇ ਹੁੰਦਿਆਂ ਸਤਿ ਸ਼੍ਰੀ ਅਕਾਲ ਬੁਲਾਈ। ਸੋਫੇ 'ਤੇ ਬੈਠਦਾ ਭੁੱਬਾ ਮਾਰ ਕੇ ਰੋ ਪਿਆ ਕੁਲਦੀਪ। ਇੰਦਰਾ ਡੌਰ ਭੌਰ ਹੋਈ ਕੁਲਦੀਪ ਵੱਲ ਝਾਕ ਰਹੀ ਸੀ। ਉਹਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੁਲਦੀਪ ਨੂੰ ਕੀ ਆਖੇ। ਉਹ ਆਪ ਤਾਂ ਜਿਵੇਂ ਰੋ ਰੋ ਕੇ ਥੱਕ ਗਈ ਸੀ। ਗੇਂਦਾ ਰਾਮ ਨੇ ਪਾਣੀ ਲਿਆ ਕੇ ਕੁਲਦੀਪ ਨੂੰ ਦਿੱਤਾ। ਪਾਣੀ ਪੀ ਕੇ ਥੋੜ੍ਹਾ ਸੰਭਲਿਆ। ਇੰਦਰਾ ਵੱਲ ਝਾਕ ਕੇ ਉਹ ਪੁੱਛਣ ਲੱਗਾ, ਭਾਬੀ ਜੀ ਹਰਜੀਤ ਦਾ ਐਕਸੀਡੈਂਟ ਕਿਉਂ ਹੋਇਆ? ਉਹ ਇਹ ਨਹੀਂ ਸੀ ਪੁੱਛ ਰਿਹਾ ਕਿ ਐਕਸੀਡੈਂਟ ਕਿਵੇਂ ਹੋਇਆ, ਉਹ ਤਾਂ ਪੁੱਛ ਰਿਹਾ ਸੀ ਐਕਸੀਡੈਂਟ ਹੋਇਆ ਹੀ ਕਿਉਂ। ਸ਼ਰਾਬ ਬਹੁਤ ਪੀਣ ਲੱਗ ਗਏ ਸਨ, ਇੰਦਰਾ ਨੇ ਮਸਾਂ ਇੰਨਾ ਹੀ ਕਿਹਾ। ਕਿਉਂ ਪੀਣ ਲੱਗ ਪਏ ਸਨ? ਕੁਲਦੀਪ ਨੇ ਪੁੱਛਿਆ। ਇੰਦਰਾ ਕੁਲਦੀਪ ਨੂੰ ਆਖਣ ਲੱਗੀ, ਇਹ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਮੇਰੇ ਨਾਲ ਲੜ ਪੈਂਦੇ ਸਨ, ਨਾਲੇ ਸਾਨੂੰ ਹਰ ਵੇਲੇ ਵੱਢੂ ਖਾਊਂ ਕਰਦੇ ਰਹਿੰਦੇ। ਕੁਲਦੀਪ ਕਹਿਣ ਲੱਗਾ, ਪਰ ਹਰਜੀਤ ਤਾਂ ਸਾਰੀ ਤਨਖਾਹ ਤੁਹਾਡੇ ਹੱਥ 'ਤੇ ਧਰ ਦਿੰਦਾ ਸੀ, ਕਿਸੇ ਹੋਰ ਔਰਤ ਵੱਲ ਅੱਖ ਚੁੱਕੇ ਨਹੀਂ ਦੇਖਦਾ ਸੀ। ਇੱਕ ਕਾਬਲ ਅਫਸਰ ਸੀ, ਬੱਚਿਆਂ ਦੀ ਇੰਨੀ ਪਰਵਾਹ ਕਰਦਾ ਸੀ, ਕਿਸੇ ਵੀ ਔਰਤ ਨੂੰ ਹੋਰ ਕੀ ਚਾਹੀਦਾ ਹੁੰਦਾ? ਅੱਗੋਂ ਇੰਦਰਾ ਨੇ ਕਿਹਾ, ਸਾਨੂੰ ਤਾਂ ਪਤਾ ਕਿ ਤੁਸੀਂ ਤਾਂ ਉਹਨਾਂ ਦੇ ਵੱਲ ਦੀ ਹੀ ਗੱਲ ਕਰੋਗੇ। ਗੱਲ ਸੁਣ ਕੇ ਕੁਲਦੀਪ ਚੁੱਪ ਹੀ ਰਿਹਾ। ਇੰਦਰਾ ਨੇ ਦੱਸਿਆ, ਇਹਨਾਂ ਨੂੰ ਤਾਂ ਮਾੜਾ ਜਿਹਾ ਬਹਾਨਾ ਚਾਹੀਦਾ ਹੁੰਦਾ ਸੀ, ਕਦੇ ਆਖਣਾ ਡਰਾਇੰਗ ਰੂਮ ਠੀਕ ਤਰ੍ਹਾਂ ਸੈੱਟ ਨਹੀਂ ਕੀਤਾ, ਕਦੇ ਆਖਣਾ ਬੱਚਿਆਂ ਨੂੰ ਠੀਕ ਤਰ੍ਹਾਂ ਬਿਹੇਵ ਕਰਨਾ ਨਹੀਂ ਸਿਖਾਇਆ, ਕਦੇ ਆਖਣਾ ਬੇਜੀ ਦੇ ਆਉਣ 'ਤੇ ਬਾਹਰ ਆਉਣ ਨੂੰ ਇੰਨਾ ਚਿਰ ਲਗਾ ਦਿੱਤਾ, ਕਦੇ ਆਖਣਾ ਕਿਸੇ ਪਾਰਟੀ 'ਤੇ ਖਾਣ ਵਾਲੀਆਂ ਚੀਜ਼ਾਂ ਦੀ ਪਲੇਟ ਨਹੀਂ ਭਰ ਲਈਦੀ। ਇਹ ਵੀ ਕੋਈ ਭਲਾ ਗੱਲਾਂ ਨੇ? ਸਭ ਤੋਂ ਮਾੜੀ ਗੱਲ ਉਹਨਾਂ ਨੂੰ ਇਹ ਲੱਗਦੀ ਸੀ ਕਿ ਮੈਂ ਤੀਏ ਦਿਨ ਬਾਜ਼ਾਰ ਨੂੰ ਕਿਉਂ ਤੁਰੀ ਰਹਿੰਦੀ ਹਾਂ। ਬਈ ਪੁੱਛਣ ਵਾਲਾ ਹੁੰਦਾ ਕਿ ਇਹ ਵੀ ਗੱਲਾਂ ਕੋਈ ਲੜਨ ਵਾਲੀਆਂ ਨੇ? ਔਰਤ ਕਮਲੀ ਹੋਵੇ ਜਾਂ ਬੌਲੀ ਹੋਵੇ, ਜਾਂ ਕਰੈਕਟਰ ਦੀ ਮਾੜੀ ਹੋਵੇ, ਫਿਰ ਤਾਂ ਅਗਲਾ ਲੜਦਾ ਵੀ ਚੰਗਾ ਲੱਗਦਾ। ਉਹਨੇ ਕਿਹਾ, ਕਰੈਕਟਰ ਦੀ ਮਾੜੀ ਹੋਵੇ ਤਾਂ ਬੰਦੇ ਨੂੰ ਆਪ ਮਰਨ ਦੀ ਲੋੜ ਨਹੀਂ ਹੁੰਦੀ, ਔਰਤ ਦਾ ਹੀ ਲਾਹੇ ਗਾਟਾ। ਇੰਦਰਾ ਨੂੰ ਲੱਗਿਆ ਕਿ ਇਹ ਅਜੇ ਵੀ ਉਸੇ ਦਾ ਪੱਖ ਪੂਰਦਾ, ਇਹ ਨਹੀਂ ਸੋਚਦਾ ਵੀ ਆਪ ਤਾਂ ਮਰ ਕੇ ਹੋ ਗਿਆ ਸੁਖਾਲਾ, ਡੋਬਾ ਤਾਂ ਸਾਨੂੰ ਰਾਹ 'ਚ ਦੇ ਗਿਆ, ਅੱਗੇ ਸਾਰੀ ਤਨਖਾਹ 'ਚ ਨਹੀਂ ਸੀ ਸਰਦਾ ਅਤੇ ਹੁਣ ਪੈਨਸ਼ਨ 'ਚ ਕਿਵੇਂ ਸਰੂਗਾ, ਮੈਂ ਇਸੇ ਲਈ ਨੌਕਰੀ ਕਰ ਲਈ ਹੈ। ਪਰ ਉਹ ਬੋਲੇ ਕੁਝ ਵੀ ਨਾ, ਗੇਂਦਾ ਰਾਮ ਚਾਹ 'ਤੇ ਬਿਸਕਿਟ ਲੈ ਆਇਆ। ਚਾਹ ਪੀਂਦਿਆਂ ਕੁਲਦੀਪ ਨੂੰ ਲੱਗਿਆ ਕਿ ਕਿਸ ਕਿਸਮ ਦੀ ਜਨਾਨੀ ਹੈ, ਇਹਨੂੰ ਆਪਣੀ ਕੋਈ ਗਲਤੀ ਨਹੀਂ ਦਿਸਦੀ, ਅਜੇ ਵੀ ਮਰਨ ਵਾਲੇ ਨੂੰ ਹੀ ਦੋਸ਼ ਦੇਈ ਜਾਂਦੀ ਹੈ। ਜੇ ਮੈਂ ਇੱਥੇ ਇੰਡੀਆ ਹੁੰਦਾ ਤਾਂ ਹਰਜੀਤ ਨੇ ਉਹ ਨਹੀਂ ਸੀ ਮਰਨਾ, ਉਹਨੇ ਮਰਨਾ ਹੀ ਨਹੀਂ ਸੀ। ਆਪਣੀ ਹਰ ਔਖ ਸੌਖ ਮੈਨੂੰ ਦੱਸ ਕੇ ਉਹ ਆਪਣਾ ਮਨ ਹੌਲਾ ਕਰ ਲੈਂਦਾ ਸੀ ਅਤੇ ਅਸੀਂ ਆਥਣ ਵੇਲੇ ਦੋ ਦੋ ਪੈੱਗ ਲਾ ਲੈਂਦੇ ਸੀ। ਇਸ ਤਰ੍ਹਾਂ ਹਰਜੀਤ ਦੁੱਖਾਂ ਕਲੇਸ਼ਾਂ ਨੂੰ ਹਾਸੇ ਠੱਠੇ ਮਜ਼ਾਕਾਂ ਨਾਲ ਹੀ ਪਰਾਂ ਵਗਾ ਮਾਰਦਾ ਸੀ। ਇੰਨੇ ਨੂੰ ਹਰਜੀਤ ਦੇ ਦੋਵੇਂ ਬੇਟੇ ਆ ਗਏ, ਵੱਡਾ ਕਾਲਜ ਵਿੱਚ ਅਤੇ ਛੋਟਾ ਸਕੂਲ 'ਚ ਪੜ੍ਹਦਾ ਸੀ। ਵੱਡਾ ਤਾਂ ਕੁਲਦੀਪ ਨੂੰ ਮਿਲ ਕੇ ਆਪਣੇ ਕਮਰੇ 'ਚ ਜਾ ਕੇ ਕੰਪਿਊਟਰ 'ਤੇ ਕੋਈ ਕੰਮ ਕਰਨ ਲੱਗ ਪਿਆ। ਛੋਟਾ ਉੱਥੇ ਬੈਠਾ ਕੁਲਦੀਪ ਵੱਲ ਝਾਕਦਾ ਸੋਚ ਰਿਹਾ ਸੀ ਕਿ ਕਿੰਨੇ ਲੱਕੀ ਨੇ ਅੰਕਲ ਕੁਲਦੀਪ ਦੇ ਬੱਚੇ ਕਿ ਉਹਨਾਂ ਦੇ ਡੈਡੀ ਉਹਨਾਂ ਦੇ ਕੋਲ ਨੇ। ਹੋਰ ਦੀਪਕ ਬੇਟਾ ਕੀ ਹਾਲ ਹੈ? ਕੁਲਦੀਪ ਨੇ ਪੁੱਛਿਆ। ਦੀਪਕ ਬੋਲਿਆ, ਦੀਪਕ ਤਾਂ ਡੈਡੀ ਨਾਲ ਹੀ ਬੁੱਝ ਗਿਆ ਅੰਕਲ। ਇਹ ਸੁਣ ਕੇ ਕੁਲਦੀਪ ਘਬਰਾ ਗਿਆ ਅਤੇ ਉਸ ਵੱਲ ਵੇਖ ਕੇ ਉੱਠਿਆ ਅਤੇ ਦੂਜੇ ਸੋਫੇ 'ਤੇ ਬੈਠੇ ਦੀਪਕ ਨੂੰ ਕਲਾਵੇ 'ਚ ਲੈ ਲਿਆ। ਇਸ ਨਾਲ ਦੀਪਕ ਹੁਬਕੀ ਰੋ ਪਿਆ। ਇਸ ਤੋਂ ਖਿੱਚ ਕੇ ਇੰਦਰਾ ਬੋਲੀ, ਕਿਉਂ ਪਖੰਡ ਕਰਦਾ? ਤੇਰੇ ਇਕੱਲੇ ਦਾ ਡੈਡੀ ਨਹੀਂ ਸੀ ਮਰਿਆ, ਉਹ ਹਰਜੋਤ ਦਾ ਡੈਡੀ ਵੀ ਸੀ, ਮੇਰਾ ਵੀ ਹਸਬੈਂਡ ਸੀ, ਅਸੀਂ ਵੀ ਤਾਂ ਜਿਉਂ ਰਹੇ ਹਾਂ, ਸਾਰੇ ਕੰਮ ਧੰਦੇ ਕਰ ਰਹੇ ਹਾਂ, ਤੇਰਾ ਨਾ ਪੜ੍ਹਨ 'ਚ ਜੀ ਲੱਗਦਾ ਹੈ ਅਤੇ ਨਾ ਹੀ ਕਿਸੇ ਕੰਮ 'ਚ, ਸੁਨਿਆਂ ਵਾਂਗ ਬੈਠਾ ਕੰਧ ਵੱਲ ਝਾਕਦਾ ਰਹਿੰਦਾ।
ਦੀਪਕ ਦਾ ਰੋਣਾ ਥੰਮ ਨਹੀਂ ਸੀ ਰਿਹਾ। ਕੁਲਦੀਪ ਨੂੰ ਉਹਦਾ ਦੁੱਖ ਸਮਝ ਆਉਂਦਾ ਸੀ। ਆਪਣੇ ਬੱਚਿਆਂ ਨੂੰ ਹਰਜੀਤ ਕਿੰਨਾ ਪਿਆਰ ਕਰਦਾ ਸੀ, ਉਹਨਾਂ ਦੇ ਭਵਿੱਖ ਵਾਸਤੇ ਵੱਡੀਆਂ ਵੱਡੀਆਂ ਗੱਲਾਂ ਸੋਚਦਾ ਹੁੰਦਾ ਸੀ। ਕੁਲਦੀਪ ਨੇ ਪਾਣੀ ਦਾ ਗਲਾਸ ਦੀਪਕ ਨੂੰ ਫੜਾਇਆ ਤਾਂ ਜੋ ਪਾਣੀ ਪੀ ਕੇ ਕੁਝ ਸੰਭਲ ਸਕੇ। ਗੱਲ ਬਦਲਣ ਲਈ ਉਹਨੇ ਇੰਦਰਾ ਤੋਂ ਪੁੱਛਿਆ, ਬੇਜੀ ਆ ਜਾਂਦੇ ਹੁੰਦੇ ਨੇ? ਬਹੁਤ ਘੱਟ। ਇਹਦੇ ਡੈਡੀ ਦੇ ਜਿਉਂਦਿਆਂ ਤਾਂ ਖਾਸਾ ਠੇਕਾ ਦੇ ਜਾਂਦੇ ਸੀ, ਹੁਣ ਤਾਂ ਮਸਾਂ ਅੱਧ ਪਚੱਧ ਦਿੰਦੇ ਨੇ। ਇਉਂ ਨਹੀਂ ਵੀ ਇਹਨਾਂ ਮਛੋਰਾਂ ਦਾ ਖਿਆਲ ਰੱਖਣ। ਉਹ ਤਾਂ ਆਖਦੇ ਨੇ ਕਿ ਕੱਪੜਿਆਂ 'ਤੇ ਸਫਾਈ ਲਈ ਮਾਈ ਰੱਖ ਲਓ ਅਤੇ ਬਾਕੀ ਰਸੋਈ ਦਾ ਕੰਮ ਇੰਦਰਾ ਆਪ ਕਰ ਲਿਆ ਕਰੇ। ਸਾਰਾ ਦਿਨ ਬੈਠੀ ਨੋਵਲ ਪੜ੍ਹਦੀ ਰਹਿੰਦੀ ਹੈ, ਉਹਨਾਂ ਨੂੰ ਹੁਣ ਕੀ ਪਤਾ ਵੀ ਮੈਂ ਨੋਵਲ ਕਾਹਤੋਂ ਪੜ੍ਹਦੀ ਰਹਿੰਦੀ ਹਾਂ। ਬੰਦੇ ਨੇ ਜਿਉਣਾ ਵੀ ਤਾਂ ਹੁੰਦਾ, ਪਸ਼ੂਆਂ ਵਾਂਗ ਖਾਣਾ ਪੀਣਾ ਹੀ ਕਾਫੀ ਨਹੀਂ ਹੁੰਦਾ। ਨਾਲ ਇਹਦੇ ਡੈਡੀ ਤਾਂ ਜਦੋਂ ਜੀ ਕਰਦਾ ਸ਼ਰਾਬ ਪੀ ਲੈਂਦੇ ਸੀ, ਜਦੋਂ ਜੀ ਕਰਦਾ ਕਿਸੇ ਦੋਸਤ ਕੋਲ ਚਲੇ ਜਾਂਦੇ ਸੀ। ਮੈਂ ਤਾਂ ਇਉਂ ਨਹੀਂ ਕਰ ਸਕਦੀ, ਮੈਨੂੰ ਬਾਜ਼ਾਰ ਜਾਣ ਦਾ ਸ਼ੌਕ ਸੀ। ਭੀੜ ਵਿੱਚ ਜਾਣੀ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ, ਹੋਰ ਨਿੱਤ ਖਰੀਦਣਾ ਕੀ ਹੁੰਦਾ, ਹੁਣ ਤਾਂ ਉਹ ਵੀ ਨਹੀਂ ਕਰ ਸਕਦੀ, ਇੰਦਰਾ ਨੇ ਕਿਹਾ। ਇਹ ਗੱਲਾਂ ਸੁਣ ਕੇ ਕੁਲਦੀਪ ਗੱਲਾਂ ਵਿੱਚੋਂ ਹਰਜੀਤ ਨੂੰ ਲੱਭ ਰਿਹਾ ਸੀ। ਅਥਣੀ ਦੀਪਕ ਨੂੰ ਨਾਲ ਲੈ ਕੇ ਕੁਲਦੀਪ ਉਹ ਥਾਂ ਵੀ ਵੇਖਣ ਗਿਆ ਜਿੱਥੇ ਹਰਜੀਤ ਦਾ ਐਕਸੀਡੈਂਟ ਹੋਇਆ ਸੀ। ਉੱਥੇ ਐਕਸੀਡੈਂਟ ਹੋਣ ਦਾ ਕਾਰਨ ਕੋਈ ਨਹੀਂ ਸੀ ਲੱਭਦਾ। ਡਬਲ ਰੋਡ ਸੀ, ਲਾਈਟਾਂ ਲੱਗੀਆਂ ਹੋਈਆਂ ਸੀ। ਆਲੇ ਦੁਆਲੇ ਦੇ ਲੋਕਾਂ ਤੋਂ ਕੁਲਦੀਪ ਨੇ ਐਕਸੀਡੈਂਟ ਬਾਰੇ ਪੁੱਛਿਆ। ਉਹ ਦੱਸ ਰਹੇ ਸੀ ਕਿ ਉਹਨਾਂ ਨੂੰ ਵੀ ਇਸ ਐਕਸੀਡੈਂਟ ਦੀ ਬਹੁਤੀ ਸਮਝ ਨਹੀਂ ਸੀ ਲੱਗੀ। ਪਾਰਟੀਸ਼ਨ ਤੋੜ ਕੇ ਗੱਡੀ ਦੂਸਰੇ ਪਾਸੇ ਉਲਟੇ ਪਾਸੇ ਆਉਂਦੇ ਫੌਜੀ ਟਰੱਕ ਨਾਲ ਵੱਜੀ ਸੀ। ਅੱਥਣ ਦਾ ਵੇਲਾ ਸੀ, ਇਹ ਵੀ ਨਹੀਂ ਸੀ ਲੱਗਦਾ ਕਿ ਸਰਦਾਰ ਨੇ ਸ਼ਰਾਬ ਪੀਤੀ ਹੋਵੇ। ਰਾਤ ਵੀ ਨਹੀਂ ਸੀ ਕਿ ਅੱਖ ਲੱਗ ਗਈ ਹੋਵੇ। ਟਰੱਕ ਵਾਲੇ ਫੌਜੀ ਦਾ ਕੋਈ ਕਸੂਰ ਨਹੀਂ ਸੀ, ਉਹ ਤਾਂ ਆਪਣੀ ਸਾਈਡ ਜਾ ਰਿਹਾ ਸੀ। ਇਹ ਤਾਂ ਕੋਈ ਹੋਣੀ ਦਾ ਹੀ ਖੇਲ ਸੀ। ਮਨ ਹੀ ਮਨ ਕੁਲਦੀਪ ਜਿਵੇਂ ਹਰਜੀਤ ਨੂੰ ਉਲਾਂਭੇ ਦੇ ਰਿਹਾ ਸੀ ਕਿ ਹਰਜੀਤ ਇਹ ਸਭ ਕਿਉਂ ਹੋਇਆ। ਉਸ ਰਾਤ ਕੁਲਦੀਪ ਗੈਸਟ ਰੂਮ 'ਚ ਪਿਆ। ਉਹ ਜਿਵੇਂ ਹਰਜੀਤ ਨਾਲ ਗੱਲਾਂ ਕਰਦਾ ਰਿਹਾ, ਯਾਰ ਤੂੰ ਐਵੇਂ ਨਹੀਂ ਸੀ ਕਰਨਾ, ਜਾਣ ਤੋਂ ਪਹਿਲਾਂ ਮੈਨੂੰ ਇੱਕ ਆਵਾਜ਼ ਤਾਂ ਦੇ ਦਿੰਦਾ। ਹੁਣ ਮੈਂ ਆਪਣੇ ਆਪ ਨੂੰ ਇਸ ਗੱਲ ਲਈ ਵੀ ਮਾਫ਼ ਨਹੀਂ ਕਰ ਸਕਦਾ ਕਿ ਅਮਰੀਕਾ 'ਚ ਰੁਲ ਜਾਣ ਕਰਕੇ ਮੈਂ ਤੇਰੇ ਤੱਕ ਪਹੁੰਚ ਹੀ ਨਾ ਸਕਿਆ। ਲੜਾਈ ਦੇ ਮੈਦਾਨ 'ਚ ਮੈਂ ਤੈਨੂੰ ਆਖਿਆ ਸੀ ਕਿ ਤੂੰ ਮਰੀ ਨਾ, ਨਹੀਂ ਤਾਂ ਮੈਂ ਬੇਜੀ ਨੂੰ ਕੀ ਜਵਾਬ ਦੇਵਾਂਗਾ। ਐਡੀ ਵੱਡੀ ਲੜਾਈ ਆਪਾਂ ਜਿੱਤ ਆਏ ਸੀ, ਪਰ ਇੱਥੇ ਨਿੱਕੀਆਂ ਨਿੱਕੀਆਂ ਲੜਾਈਆਂ ਦੇ ਅੱਗੇ ਹਾਰ ਕਿਵੇਂ ਗਿਆ ਤੂੰ? ਮੈਂ ਇਹ ਨਹੀਂ ਮੰਨਦਾ ਕਿ ਤੇਰਾ ਐਕਸੀਡੈਂਟ ਹੋ ਗਿਆ, ਪਰ ਤੂੰ ਐਕਸੀਡੈਂਟ ਕਿਵੇਂ ਹੋਣ ਦਿੱਤਾ, ਮੇਰੀ ਇਸ ਗੱਲ ਦਾ ਜਵਾਬ ਦੇ। ਦੀਪਕ ਦਾ ਕੁਮਲਾਇਆ ਚਿਹਰਾ ਮੇਰੇ ਤੋਂ ਨਹੀਂ ਦੇਖਿਆ ਜਾਂਦਾ, ਤੂੰ ਮੈਨੂੰ ਵੀ ਬੇਬਸ ਕਰ ਗਿਆ। ਫਿਰ ਤੜਕੇ ਜਾ ਕੇ ਉਹਨੂੰ ਨੀਂਦ ਆਈ। ਅਗਲੇ ਦਿਨ ਕੁਲਦੀਪ ਬੇਜੀ ਨੂੰ ਮਿਲਣ ਪਿੰਡ ਗਿਆ। ਬੇਜੀ ਨੂੰ ਮਿਲ ਕੇ ਹੁਬਕੀ ਹੁਬਕੀ ਰੋ ਪਿਆ। ਬੇਜੀ ਬੜੇ ਮਾੜੇ ਹੋ ਗਏ ਸਨ। ਜਵਾਨ ਪੁੱਤ ਅਤੇ ਜਵਾਨ ਧੀ ਦੀ ਮੌਤ ਜਰਨੀ ਬੜੀ ਔਖੀ ਹੁੰਦੀ ਹੈ। ਇੱਕ ਵਾਰੀ ਤਾਂ ਧਰਤੀ ਅਸਮਾਨ ਡੋਲ ਜਾਂਦੇ ਨੇ। ਸਿਆਣੀ ਔਰਤ ਸੀ, ਆਪਣੇ ਪੁੱਤ ਦੇ ਦੋਸਤ ਦਾ ਇਉਂ ਰੋਣਾ ਉਹ ਤੋਂ ਝੱਲਿਆ ਨਹੀਂ ਸੀ ਜਾ ਰਿਹਾ। ਉਹਦਾ ਮੋਢਾ ਪਲੋਸਦੀ ਆਖਣ ਲੱਗੀ, ਨਾ ਪੁੱਤ ਰੋਇਆ ਕੁਛ ਨਹੀਂ ਬਣਦਾ, ਰੱਬ ਦਾ ਇਹੀ ਹੁਕਮ ਸੀ, ਉਹਦੀ ਇੰਨੀਓ ਹੀ ਲਿਖੀ ਹੋਈ ਸੀ। ਹੋਰ ਸੁਣਾ, ਉੱਥੇ ਤੇਰਾ ਪਰਿਵਾਰ ਰਾਜੀ ਖੁਸ਼ੀ ਹੈ? ਬੇਜੀ ਮੈਨੂੰ ਲੱਗਦਾ ਹੈ ਕਿ ਮੈਂ ਉੱਥੇ ਜਾ ਕੇ ਗਲਤੀ ਕੀਤੀ। ਵਧੀਆ ਨੌਕਰੀ ਸੀ ਇੱਥੇ, ਆਰਾਮ ਨਾਲ ਜਿਉਂਦੇ ਸੀ, ਉੱਥੇ ਸਾਨੂੰ ਕੌਣ ਜਾਣਦਾ? ਹੁਣ ਮੈਨੂੰ ਇੱਕ ਪਛਤਾਵਾ ਇਹ ਵੀ ਹੈ ਕਿ ਜੇ ਮੈਂ ਇੱਥੇ ਹੁੰਦਾ ਤਾਂ ਹਰਜੀਤ ਨਾਲ ਇਹ ਸਭ ਕੁਝ ਨਾ ਵਾਪਰਦਾ, ਕੁਲਦੀਪ ਨੇ ਕਿਹਾ। ਬੇਜੀ ਨੇ ਅੱਗੋਂ ਕੋਈ ਉੱਤਰ ਨਾ ਦਿੱਤਾ, ਭਾਵੇਂ ਉਹ ਕਹਿਣਾ ਚਾਹੁੰਦੀ ਸੀ ਕਿ ਇਹ ਔਰਤ ਦੇ ਹੱਥ ਵਿੱਚ ਹੈ ਕਿ ਉਹ ਘਰ ਨੂੰ ਉਸਾਰੇ ਜਾਂ ਉਜਾੜੇ। ਇਸੇ ਲਈ ਤਾਂ ਪੁਰਾਣੇ ਲੋਕ ਘਰ ਘਰਾਣਾ ਵੇਖ ਕੇ ਅਤੇ ਅੱਗਾ ਪਿੱਛਾ ਜਾਣ ਕੇ ਪੱਤਰੀਆਂ ਮੇਲ ਕੇ ਦਿਨ ਸੋਚ ਵਿਚਾਰ ਕੇ ਵਿਆਹ ਕਰਦੇ ਸਨ। ਨੇਰੇ ਰੂਪ ਪਿੱਛੇ ਲੋਕ ਨਹੀਂ ਸੀ ਜਾਂਦੇ ਹੁੰਦੇ, ਰੂਪ ਤਾਂ ਚੌਂ ਦਿਨਾਂ ਦੀ ਖੇਡ ਹੁੰਦੀ ਹੈ। ਮੇਰਾ ਹਰਜੀਤ ਨਹੀਂ ਸੀ ਇੰਨਾ ਕੁਝ ਬਰਦਾਸ਼ਤ ਕਰਨ ਵਾਲਾ, ਤਾਂ ਹੀ ਤਾਂ ਸਿਆਣੇ ਆਖਦੇ ਹੁੰਦੇ ਆ ਕਿ ਔਰਤ ਜੇ ਸੂਈ ਨਾਲ ਘਰ ਪੁੱਟਣ ਲੱਗ ਜੇ ਘਰ ਪੁੱਟਿਆ ਜਾਂਦਾ, ਪਰ ਆਦਮੀ ਕਹੀ ਨਾਲ ਵੀ ਘਰ ਪੁੱਟਣ ਲੱਗ ਜੇ ਘਰ ਨਹੀਂ ਪੁੱਟਿਆ ਜਾਂਦਾ। ਗੱਲਾਂ ਸੋਚਦੇ ਬੇਜੀ ਦੀਆਂ ਅੱਖਾਂ ਭਰ ਆਈਆਂ। ਕੁਲਦੀਪ ਨੇ ਵੀ ਅੱਖਾਂ ਰੁਮਾਲ ਨਾਲ ਪੂੰਝੀਆਂ। ਕੁਰਸੀ ਤੋਂ ਉੱਠਦੇ ਬੇਜੀ ਨੇ ਕਿਹਾ, ਮੈਂ ਤੇਰੇ ਲਈ ਕੁਝ ਖਾਣ ਪੀਣ ਨੂੰ ਲੈ ਕੇ ਆਵਾਂ, ਇਹ ਦੁੱਖ ਹੁਣ ਜਾਣ ਦੇ ਨਾਲ ਹੀ ਜਾਣਗੇ। ਇਹ ਕਹਿ ਕੇ ਉਹ ਕਿਚਨ 'ਚ ਜਾ ਕੇ ਦੁੱਧ ਗਰਮ ਕਰ ਲਿਆਈ ਅਤੇ ਨਾਲ ਬਿਸਕਿਟ ਵੀ ਲੈ ਆਈ। ਲੈ ਪੁੱਤ, ਦੁੱਧ ਦੀ ਘੁੱਟ ਤਾਂ ਭਰ, ਦੁੱਧ ਦਾ ਗਲਾਸ ਉਹਨੂੰ ਫੜਾਉਂਦਿਆਂ ਬੇਜੀ ਨੇ ਕਿਹਾ। ਇਹ ਸੁਣ ਕੇ ਕੁਲਦੀਪ ਖਿਆਲਾਂ ਵਿੱਚੋਂ ਨਿਕਲਿਆ। ਬੇਜੀ ਵੱਲ ਵੇਖ ਕੇ ਉਹਨੂੰ ਲੱਗਿਆ ਕਿ ਇਸ ਔਰਤ ਦਾ ਦਿਲ ਹੀ ਪੁੱਛਿਆ ਜਾਣੀਏ ਕਿ ਇਹਤੇ ਕੀ ਬੀਤ ਰਹੀ ਹੈ। ਪਰ ਪੁਰਾਣੇ ਲੋਕਾਂ ਵਿੱਚ ਰੱਬ ਦਾ ਭਾਣਾ ਮੰਨ ਲੈਣ ਦੀ ਸ਼ਕਤੀ ਹੁੰਦੀ ਹੈ।
ਬੇਜੀ ਦੇ ਆਖਣ 'ਤੇ ਉਹਨੇ ਦੁੱਧ ਪੀ ਲਿਆ ਅਤੇ ਬਿਸਕੁਟ ਵੀ ਖਾਧੇ। ਉਹਨੂੰ ਪਤਾ ਸੀ ਕਿ ਜੇ ਉਹ ਨਾ ਕੁਝ ਖਾਂਦਾ ਪੀਂਦਾ ਤਾਂ ਬੇਜੀ ਨੇ ਬੁਰਾ ਮਨਾਉਣਾ ਸੀ। ਕੁਝ ਚਿਰ ਦੋਵੇਂ ਚੁੱਪ ਚਾਪ ਬੈਠੇ ਰਹੇ। ਕੁਲਦੀਪ ਹਰਜੀਤ ਦੇ ਖਾਲੀ ਖਾਲੀ ਘਰ ਵੱਲ ਝਾਕ ਰਿਹਾ ਸੀ, ਫਿਰ ਖੜਾ ਹੁੰਦਾ ਬੋਲਿਆ, ਚੰਗਾ ਬੇਜੀ ਚੱਲਦਾ, ਬਾਹਰ ਟੈਕਸੀ ਖੜੀ ਹੈ, ਅੱਜ ਰਹਿੰਦਾ ਮੇਰੇ ਕੋਲ? ਬੇਜੀ ਨੇ ਕਿਹਾ। ਬੇਜੀ ਦਿੱਲੀ ਪਹੁੰਚ ਕੇ ਵਾਪਸੀ ਦਾ ਜਹਾਜ਼ ਫੜਨਾ ਹੈ, ਉਹਨੇ ਕਿਹਾ। ਰੱਬ ਤੈਨੂੰ ਸੁਖੀ ਰੱਖੇ, ਕਹਿ ਕੇ ਬੇਜੀ ਨੇ ਉਹਦੇ ਮੋਢੇ 'ਤੇ ਹੱਥ ਰੱਖਿਆ। ਬੇਜੀ ਨੂੰ ਮਿਲ ਕੇ ਉਹ ਆਪਣੇ ਸ਼ਹਿਰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਅਮਰੀਕਾ ਚਲਾ ਗਿਆ। ਬੜਾ ਬੋਝ ਸੀ ਉਹਦੇ ਮਨ 'ਤੇ। ਦੀਪਕ ਦੀ ਸ਼ਕਲ ਕਿੰਨੀ ਵਾਰੀ ਉਹਨੂੰ ਚੇਤੇ ਆਈ। ਉਹਨੂੰ ਹਰਜੀਤ 'ਤੇ ਗੁੱਸਾ ਵੀ ਆਇਆ ਕਿ ਤੂੰ ਆਪਣੇ ਮਨ ਦੀ ਸ਼ਾਂਤੀ ਦੀ ਭਾਲ 'ਚ ਕਿੱਥੋਂ ਦਾ ਕਿੱਥੇ ਪਹੁੰਚ ਗਿਆ। ਉਸ ਮਾਸੂਮ ਨੇ ਤੇਰਾ ਕੀ ਵਿਗਾੜਿਆ ਜਿਹਨੇ ਤੈਨੂੰ ਆਪਣਾ ਪਿਤਾ ਚੁਣਿਆ? ਭਾਵੇਂ ਉਹ ਦੀਪਕ ਨੂੰ ਆਖ ਆਇਆ ਸੀ ਕਿ ਜੇ ਤੇਰਾ ਇੰਡੀਆ ਜੀ ਨਹੀਂ ਲੱਗਦਾ ਤਾਂ ਅਮਰੀਕਾ ਮੇਰੇ ਕੋਲ ਆ ਜਾ, ਪਰ ਉਹਨੂੰ ਪਤਾ ਸੀ ਕਿ ਦੀਪਕ ਇਹ ਸਦਮਾ ਝੱਲਣ ਜੋਗਾ ਨਹੀਂ ਹੈ। ਉਹ ਤਾਂ ਇੱਕ ਨਾਜ਼ੁਕ ਜਿਹਾ ਫੁੱਲ ਹੈ ਜਿਹਨੂੰ ਤੱਤੀ ਹਵਾ ਵੀ ਲੂਹ ਸਕਦੀ ਹੈ। ਉਹਨੇ ਤਾਂ ਕੋਲ ਖਲੋ ਕੇ ਪਿਓ ਦਾ ਸਿਵਾ ਬਲਦਾ ਦੇਖਿਆ ਸੀ। ਕੁਲਦੀਪ ਨੂੰ ਖਿਆਲ ਆਉਂਦਾ ਕਿ ਰੱਬ ਸਾਡੇ ਨਾਲ ਕੀ ਖੇਡਾਂ ਖੇਡਦਾ ਹੈ, ਜ਼ਿੰਦਗੀ ਸਾਡੇ ਨਾਲ ਕਿਹੋ ਜਿਹੇ ਕੁਝ ਮਜ਼ਾਕ ਕਰਦੀ ਹੈ। ਵਾਪਸ ਆ ਕੇ ਉਹ ਅਮਰੀਕਨ ਜ਼ਿੰਦਗੀ ਦੀ ਭੱਜ ਦੌੜ 'ਚ ਫਿਰ ਗੁਆਚ ਗਿਆ। ਆਪਣੇ ਮਨ ਨੂੰ ਮਾਰ ਕੇ ਉਹ ਕਈ ਥਾਵਾਂ 'ਤੇ ਨੌਕਰੀ ਲੱਭਣ ਗਿਆ। ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ। ਉਹਦਾ ਬੇਟਾ ਕਈ ਵਾਰੀ ਆਪਣੇ ਬਚਪਨ ਦੀਆਂ ਗੱਲਾਂ ਉਸ ਨਾਲ ਕਰਦਾ ਅਤੇ ਆਖਦਾ, ਡੈਡੀ ਉੱਥੇ ਇੰਡੀਆ ਆਪਣਾ ਕਿੱਡਾ ਸੋਹਣਾ ਬੰਗਲਾ ਸੀ, ਫੌਜੀ ਵਰਦੀ ਪਾ ਕੇ ਜਦੋਂ ਤੁਸੀਂ ਪਲਟਨ 'ਚ ਜਾਂਦੇ ਤਾਂ ਤੁਹਾਨੂੰ ਕਿੰਨੇ ਸਲੂਟ ਵੱਜਦੇ ਸੀ। ਉੱਥੇ ਸਾਡਾ ਅਰਦਲੀ ਸਾਨੂੰ ਸਕੂਲ ਲੈਣ 'ਤੇ ਛੱਡਣ ਜਾਂਦਾ ਸੀ। ਉੱਥੇ ਸਾਡੇ ਦੋ ਟੌਮ ਅਤੇ ਜੈਰੀ ਸੋਹਣੇ ਸੋਹਣੇ ਕੁੱਤੇ ਸਨ, ਅਤੇ ਜਦੋਂ ਅਸੀਂ ਉਹਨਾਂ ਨੂੰ ਅੰਕਲ ਦੇ ਘਰ ਛੱਡ ਕੇ ਆਏ ਤਾਂ ਅੰਕਲ ਦੱਸਦੇ ਸੀ ਕਿ ਕਈ ਦਿਨ ਉਹਨਾਂ ਨੇ ਰੋਟੀ ਨਹੀਂ ਸੀ ਖਾਧੀ। ਡੈਡੀ, ਕੀ ਕਦੇ ਆਪਾਂ ਉਹਨਾਂ ਨੂੰ ਮਿਲਣ ਲਈ ਇੰਡੀਆ ਚੱਲਾਂਗੇ? ਕੀ ਆਪਾਂ ਉਹਨਾਂ ਨੂੰ ਇੱਥੇ ਨਹੀਂ ਲਿਆ ਸਕਦੇ? ਉੱਥੇ ਸਾਡੇ ਬੰਗਲੇ ਦੇ ਆਲੇ ਦੁਆਲੇ ਕਿੰਨੇ ਸੋਹਣੇ ਫੁੱਲ ਖਿੜਦੇ ਸੀ। ਉੱਥੇ ਦੀਪਕ ਸਾਡੀ ਕਲਾਸ ਦਾ ਮੋਨੀਟਰ ਹੁੰਦਾ ਸੀ। ਉਹ ਸਭ ਤੋਂ ਜ਼ਿਆਦਾ ਹੁਸ਼ਿਆਰ ਸੀ। ਉਹ ਤੋਂ ਡਰਦਾ ਕੋਈ ਬੱਚਾ ਮੇਰੇ ਨਾਲ ਲੜਦਾ ਵੀ ਨਹੀਂ ਸੀ। ਅੰਕੁਰ ਜਦੋਂ ਉਸ ਨਾਲ ਅਜਿਹੀਆਂ ਗੱਲਾਂ ਕਰਦਾ ਤਾਂ ਉਹਨੂੰ ਅਫਸੋਸ ਹੁੰਦਾ ਕਿ ਮੈਂ ਬੱਚਿਆਂ ਨੂੰ ਇੱਥੇ ਬਗਾਨੇ ਦੇਸ਼ 'ਚ ਲੈ ਆਇਆ। ਥੋੜ੍ਹਾ ਸਾਂਵਲਾ ਹੋਣ ਕਰਕੇ ਅੰਗਰੇਜ਼ ਬੱਚੇ ਕਦੇ ਕਦੇ ਉਹਨੂੰ ਬਲੈਕੀ ਆਖ ਕੇ ਵੀ ਛੇੜਦੇ। ਅਸਲ ਗੱਲ ਇਹ ਸੀ ਕਿ ਕੁਲਦੀਪ ਦੀ ਵਹੁਟੀ ਦੇ ਮਾਂ ਪਿਓ ਦੀ ਉਮਰ ਵੱਡੀ ਹੋ ਗਈ ਸੀ। ਉਹਨਾਂ ਦਾ ਇੱਕੋ ਇੱਕ ਪੁੱਤਰ ਮੇਮ ਨਾਲ ਵਿਆਹ ਕਰਕੇ ਹਾਲੈਂਡ ਜਾ ਵਸਿਆ ਸੀ। ਇਸ ਲਈ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਬੇਟੀ ਅਤੇ ਜਵਾਈ ਉਹਨਾਂ ਦੇ ਕੋਲ ਆ ਕੇ ਰਹਿਣ। ਕਾਫ਼ੀ ਵੱਡਾ ਉਹਨਾਂ ਦਾ ਮਕਾਨ ਸੀ। ਸੁਰਿੰਦਰ ਦੇ ਪਿਓ ਨੂੰ ਚੌਖੀ ਪੈਨਸ਼ਨ ਮਿਲਦੀ ਸੀ। ਉਹਦਾ ਬੈਂਕ ਬੈਲੈਂਸ ਵੀ ਕਾਫ਼ੀ ਸੀ। ਕੁਲਦੀਪ ਵੀ ਉਹਨਾਂ ਦੀਆਂ ਗੱਲਾਂ 'ਚ ਆ ਗਿਆ ਸੀ ਕਿ ਕਪਤਾਨੀ ਅਤੇ ਮੇਜਰੀ ਕੀ ਗੱਲ ਹੁੰਦੀ ਹੈ, ਇੱਥੇ ਬੰਦਾ ਇੱਕ ਦਿਨ ਉਨੇ ਪੈਸੇ ਕਮਾ ਲੈਂਦਾ ਜਿੰਨੀ ਇੰਡੀਆ 'ਚ ਇੱਕ ਮਹੀਨੇ ਦੀ ਤਨਖਾਹ ਹੁੰਦੀ ਹੈ, ਅਤੇ ਫਿਰ ਇੱਥੇ ਖਾਣ ਪੀਣ ਦੀਆਂ ਚੀਜ਼ਾਂ ਪਿਓਰ ਅਤੇ ਸਸਤੀਆਂ ਮਿਲਦੀਆਂ ਨੇ। ਇੱਥੇ ਲੋਕ ਜੂਸ ਦੀਆਂ ਬੋਤਲਾਂ ਨਹੀਂ ਗੈਲਨ ਲਿਆਉਂਦੇ ਨੇ। ਰੋਟੀ ਨਾਲ ਪਾਣੀ ਪੀਣ ਦਾ ਰਿਵਾਜ਼ ਨਹੀਂ। ਲੋਕ ਕੋਈ ਡਰਿੰਕ ਲੈਣਗੇ ਜਾਂ ਜੂਸ? ਇੱਥੇ ਚੋਰੀ, ਹੇਰਾਫੇਰੀ, ਸਿਫਾਰਸ਼ ਜਾਂ ਰਿਸ਼ਵਤ ਨਾ ਬਰਾਬਰ ਹੈ। ਹਿੰਦੁਸਤਾਨ ਤੋਂ ਆ ਕੇ ਇੱਥੋਂ ਦੀ ਦੁਨੀਆ ਹੋਰ ਹੀ ਲੱਗਦੀ ਹੈ। ਲੋਕਾਂ ਕੋਲ ਇੰਨੇ ਪੈਸੇ ਹੁੰਦੇ ਨੇ ਕਿ ਉਹ ਜ਼ਿੰਦਗੀ ਐਸ਼ ਦੀ ਜਿਉਂਦੇ ਨੇ। ਜਦੋਂ ਜੀ ਕਰੇ ਜਹਾਜ਼ ਚੜ੍ਹ ਕੇ ਇੰਡੀਆ ਆਪਣੇ ਲੋਕਾਂ ਨੂੰ ਮਿਲਣ ਜਾ ਸਕਦੇ ਨੇ। ਉਦੋਂ ਇਹ ਸਾਰੀਆਂ ਗੱਲਾਂ ਕੁਲਦੀਪ ਨੂੰ ਬਹੁਤ ਹੀ ਚੰਗੀਆਂ ਲੱਗੀਆਂ ਸਨ। ਅਮਰੀਕਾ ਪਹੁੰਚਦਿਆਂ ਹੀ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਸੀ। ਪਹਿਲਾਂ ਤਾਂ ਉਹਦੇ ਬੱਚੇ ਨਾਨਾ ਨਾਨੀ ਕੋਲੋਂ ਆਏ ਤੋਹਫ਼ੇ ਵੀ ਦੂਜਿਆਂ ਨੂੰ ਹੁੱਬ ਕੇ ਵਿਖਾਉਂਦੇ ਸੀ। ਹੁਣ ਤਾਂ ਉਹ ਤੋਹਫ਼ਿਆਂ ਦੇ ਘਰ 'ਚ ਚੱਲੇ ਸਨ। ਘਰ ਦੀਆਂ ਸਾਰੀਆਂ ਚੀਜ਼ਾਂ ਇੰਡੀਆ 'ਚ ਗਰੀਬਾਂ ਨੂੰ ਵੰਡ ਆਏ ਸਨ। ਇੱਥੋਂ ਤੱਕ ਕਿ ਆਪਣੇ ਕੱਪੜੇ ਵੀ ਸਿਰਫ਼ ਦੋ ਦੋ ਜੋੜੇ ਨਾਲ ਲਿਆਏ ਸਨ। ਇੱਥੇ ਆ ਕੇ ਵੀ ਕੁਲਦੀਪ ਨੂੰ ਕੋਈ ਵਧੀਆ ਕੰਮ ਨਹੀਂ ਸੀ ਮਿਲਿਆ। ਇੰਡੀਆ 'ਚ ਤਾਂ ਉਹ ਇੱਕ ਅਫਸਰ ਸੀ, ਅਤੇ ਅਮਰੀਕਾ ਆ ਕੇ ਉਹਨੇ ਦੇਖਿਆ ਕਿ ਬਹੁਤੇ ਲੋਕ ਦਿਹਾੜੀਦਾਰਾਂ ਵਾਲੇ ਹੀ ਕੰਮ ਕਰਦੇ ਆ। ਉਹਨੇ ਵੀ ਕਈ ਕੰਮ ਕੀਤੇ, ਜਿਵੇਂ ਕਿਸੇ ਸਟੋਰ 'ਚ ਸੇਲਜ਼ਮੈਨ ਦਾ ਕੰਮ, ਜਾਂ ਕਿਸੇ ਬੈਂਕ 'ਚ ਚੌਕੀਦਾਰ ਦਾ, ਜਾਂ ਟਰੱਕ ਚਲਾਉਣ ਦਾ। ਇਹ ਸਾਰੇ ਕੰਮ ਉਹਨੂੰ ਹੇਠੀ ਵਾਲੇ ਲੱਗੇ ਸਨ। ਬੜੀ ਵਾਰੀ ਉਹ ਸੋਚਦਾ ਸੀ ਕਿ ਉਹਨੂੰ ਉਹ ਇੱਥੇ ਨਹੀਂ ਸੀ ਆਉਣਾ ਚਾਹੀਦਾ, ਪਰ ਹੁਣ ਉਹ ਵਾਪਸ ਵੀ ਨਹੀਂ ਸੀ ਜਾ ਸਕਦਾ। ਇੱਕ ਦਿਨ ਅੱਧੀ ਰਾਤ ਨੂੰ ਉਹਨੂੰ ਇੰਡੀਆ ਤੋਂ ਦੀਪਕ ਦਾ ਫੋਨ ਆਇਆ। ਦੀਪਕ ਨੂੰ ਸ਼ਾਇਦ ਖਿਆਲ ਨਹੀਂ ਸੀ ਕਿ ਅਮਰੀਕਾ 'ਚ ਇਸ ਸਮੇਂ ਅੱਧੀ ਰਾਤ ਹੋਏਗੀ। ਕੁਲਦੀਪ ਨੇ ਕਿਹਾ, ਹੈਲੋ, ਕੌਣ? ਅੱਗੋਂ ਰੋਣ ਹਾਕੀ ਆਵਾਜ਼ 'ਚ ਦੀਪਕ ਬੋਲਿਆ, ਅੰਕਲ ਮੈਂ ਦੀਪਕ, ਸੌਰੀ ਅੰਕਲ, ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਕੀ ਕਰਾਂ। ਸ਼ਾਇਦ ਤੁਹਾਨੂੰ ਪਤਾ ਨਹੀਂ, ਆਂਟੀ ਡੈਡੀ ਦੀ ਭੈਣ ਮੈਨੂੰ ਰਾਤ ਨੂੰ ਭੂਤ ਬਣ ਕੇ ਡਰਾਉਂਦੀ ਹੈ। ਮੈਂ ਰਾਤ ਨੂੰ ਕਮਰੇ ਦੀ ਲਾਈਟ ਜਗਾ ਕੇ ਸੌਂਦਾ,
ਫਿਰ ਵੀ ਡਰ ਲੱਗਦਾ ਰਹਿੰਦਾ ਹੈ। ਮੰਮਾ ਆਖਦੀ ਹੈ ਕਿ ਭੂਤ ਭਾਤ ਕੋਈ ਨਹੀਂ ਹੁੰਦੇ, ਇਹ ਤੇਰਾ ਵਹਿਮ ਹੈ। ਨਹੀਂ ਅੰਕਲ, ਮੇਰਾ ਵਹਿਮ ਨਹੀਂ, ਉਹ ਸੱਚੀ ਮੁੱਚੀ ਮੇਰੇ ਕਮਰੇ 'ਚ ਆਉਂਦੀ ਹੈ ਅਤੇ ਡੈਡੀ ਬਾਰੇ ਪੁੱਛਦੀ ਹੈ। ਅੰਕਲ ਮੈਨੂੰ ਆਪਣੇ ਕੋਲ ਬੁਲਾ ਲਓ। ਠੀਕ ਹੈ ਬੇਟੇ, ਤੂੰ ਆਪਣਾ ਪਾਸਪੋਰਟ ਬਣਾ ਲੈ, ਮੈਂ ਸਪੋਂਸਰਸ਼ਿਪ ਭੇਜ ਕੇ ਬੁਲਾ ਲਵਾਂਗਾ, ਨਾਲੇ ਡਰੀ ਦਾ ਨਹੀਂ ਹੁੰਦਾ, ਭੂਤ ਭਾਤ ਕੋਈ ਨਹੀਂ ਹੁੰਦੇ। ਕੁਲਦੀਪ ਨੇ ਸਮਝਾਇਆ, ਅੰਕਲ ਡੈਡੀ ਦੇ ਹੁੰਦਿਆਂ ਮੈਨੂੰ ਕਾਸੇ ਤੋਂ ਡਰ ਨਹੀਂ ਸੀ ਲੱਗਦਾ ਹੁੰਦਾ। ਅੱਛਾ ਅੰਕਲ ਸੋਰੀ, ਮੈਂ ਤੁਹਾਨੂੰ ਡਿਸਟਰਬ ਕੀਤਾ, ਆਖ ਕੇ ਉਹਨੇ ਫੋਨ ਬੰਦ ਕਰ ਦਿੱਤਾ। ਕੁਲਦੀਪ ਨੇ ਦੀਪਕ ਨੂੰ ਬੁਲਾਉਣ ਦੀ ਹਾਮੀ ਤਾਂ ਭਰਤੀ ਸੀ, ਪਰ ਉਹਨੂੰ ਲੱਗਦਾ ਸੀ ਕਿ ਇੱਥੇ ਆ ਕੇ ਤਾਂ ਉਹਦਾ ਆਪਣਾ ਬੇਟਾ ਅੰਕੁਰ ਵੀ ਪੜ੍ਹਾਈ 'ਚ ਅੱਗੇ ਨਾਲੋਂ ਗੰਭੀਰ ਨਹੀਂ ਸੀ। ਬੇਟੀ ਨੋਨੀ ਵੀ ਪੜ੍ਹਾਈ ਕਰਨ ਨਾਲੋਂ ਬਹੁਤਾ ਸਮਾਂ ਸਟੋਰਾਂ 'ਚ ਫਿਰਨਾ ਜ਼ਿਆਦਾ ਪਸੰਦ ਕਰਦੀ ਸੀ। ਫੋਨ ਬੰਦ ਕਰਕੇ ਕੁਲਦੀਪ ਨੇ ਸਿਰਹਾਣੇ ਰੱਖੀ ਥਰਮਸ 'ਚੋਂ ਪਾਣੀ ਗਲਾਸ 'ਚ ਪਾਇਆ ਅਤੇ ਡਰੋਅ ਵਿੱਚੋਂ ਨੀਂਦ ਵਾਲੀ ਗੋਲੀ ਕੱਢੀ ਅਤੇ ਪਾਣੀ ਨਾਲ ਲੈ ਲਈ। ਉਹਨੂੰ ਪਤਾ ਸੀ ਗੋਲੀ ਬਿਨਾਂ ਉਹਨੂੰ ਨੀਂਦ ਨਹੀਂ ਆਏਗੀ। ਨੀਂਦ ਦੀ ਖਾਤਰ ਹੀ ਉਹ ਇੱਧਰ ਆ ਕੇ ਰਾਤ ਵੇਲੇ ਡਰਿੰਕ ਵੀ ਕਰਨ ਲੱਗ ਪਿਆ ਸੀ। ਧੰਨਵਾਦ।